वाहिगुरु जी का खालसा, वाहिगुरु जी की फतेह। तुहाडा अज दे शो विच स्वागत है। मैं अमरवीर सिंह, अज दे असीं इस प्रोग्राम दी अज शुरुआत करदे हां जी। 1984 च दरबार साहिब ते हमले तो बाद शुरू होए सिख संघर्ष दौरान पंजाब विचों लखां दी गिणती विच सिखां ने दुनिया दे होर मुल्कां विच आ के सियासी शरण लई सी, जिथे उन्हां नूं देशां दे उन्हां अपने देशां दे कानूनां अते इंटरनेशनल लॉज दे आधार ते उन्हां नूं हक दित्ते गए सी। पिछले लंबे समय तों भारत वालों सियासी शरण प्राप्त सिंघां नूं एक्सट्राडाइट करके वापस भारत लिया जा रहा है, जिन्हां विच प्रोफेसर दविंदर पाल सिंह भुल्लर, जिन्हां नूं जर्मनी तो एक्सट्राडाइट किया गया, कुलबीर सिंह बड़ापिंड इत्थों US तो, ते नाल ही हाल ही विच हुण भाई जगतार सिंह तारा नूं, जिन्हां नूं थाईलैंड तो एक्सट्राडाइट किया गया सी। इन्हां दे नाल नाल होर सिंघां दे नाम भी शामिल ने। इसे लड़ी तहत पिछले दिनां विच इंग्लैंड विच सियासी शरण प्राप्त भाई परमजीत सिंह पम्मा नूं पुर्तगाल विखे इंटरपोल वालों जारी किए गए रैड कॉर्नर नोटिस के आधार से गिरफ्तार किया गया सी, अते उन्हां नूं भारत वालों भारत विच एक्सट्राडाइट करन दी मंग कीती गई है, मंग कीती गई सी। सिख डायस्पोरा दे यत्नां सदका लंघी 12 फरवरी नूं उन्हां नूं पुर्तगाल दे जस्टिस डिपार्टमेंट दे हुक्मां ते रिहा किया गया ते हुण ओह वापस इंग्लैंड विच अपने परिवार कोल पहुंच चुके हन। ਤੁਹਾਨੂੰ ਇਸ ਕੇਸ ਬਾਰੇ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਦੱਸਣ ਬਾਰੇ ਇਹ ਗੱਲ ਕਰੀਏ ਕਿ 18 ਦਸੰਬਰ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਐਕਸਟਰਾਡਾਈਟ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਉਹਨਾਂ ਦੇ ਕੇਸ ਦੀ ਸੁਣਵਾਈ ਅਦਾਲਤ ਵਿੱਚ ਪੁਰਤਗਾਲ ਦੀ ਅਦਾਲਤ ਵਿੱਚ 4 ਜਨਵਰੀ ਤੇ ਪਾਈ ਗਈ ਸੀ, ਜਿੱਥੇ ਭਾਰਤ ਸਰਕਾਰ ਵੱਲੋਂ ਸਬੂਤ ਪੇਸ਼ ਕਰਨੇ ਸਨ ਤੇ ਉਹਨਾਂ ਨੇ ਹੋਰ ਅੱਗੇ ਸਮਾਂ ਮੰਗਿਆ ਤੇ ਅਗਲੀ ਸੁਣਵਾਈ 26 ਜਨਵਰੀ ਤੇ ਪਾ ਦਿੱਤੀ ਗਈ। ਇਸੇ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਸਿਆਸੀ ਹਵਾਲੇ ਨਾਲ ਅਤੇ PR ਦੇ ਹਵਾਲੇ ਨਾਲ ਇੰਗਲੈਂਡ ਅਤੇ ਪੁਰਤਗਾਲ ਦੀਆਂ ਸਰਕਾਰਾਂ ਤੇ ਦਬਾਅ ਬਣਾਇਆ ਜਾਂਦਾ ਰਿਹਾ ਤੇ ਨਾਲ ਹੀ ਦੂਜੇ ਪਾਸਿਓਂ ਭਾਰਤ ਵੱਲੋਂ ਆਪਣੀ 4 ਮੈਂਬਰਾਂ ਦੀ ਪੰਜਾਬ ਪੁਲਿਸ ਦੀ ਇੱਕ ਟੀਮ ਇਹਨਾਂ ਨੂੰ ਐਕਸਟਰਾਡਾਈਟ ਕਰਕੇ ਵਾਪਸ ਭਾਰਤ ਲੈ ਕੇ ਜਾਣ ਲਈ ਇੱਥੇ ਪੁਰਤਗਾਲ ਭੇਜੀ ਗਈ ਅਤੇ ਉਸ 4 ਮੈਂਬਰੀ ਜਿਹੜੀ ਪੁਲਿਸ ਟੀਮ ਸੀ ਉਹਦੇ 3 ਮੈਂਬਰਾਂ ਉੱਤੇ ਪੁਰਤਗਾਲ ਵਿੱਚ ਕ੍ਰਿਮੀਨਲ ਕੰਪਲੇਂਟ ਭਾਈ ਪੰਮਾ ਦੇ ਕੇਸ ਲੜ ਰਹੀ ਲੀਗਲ ਟੀਮ ਵੱਲੋਂ ਦਰਜ ਕਰਵਾਈ ਗਈ, ਜਿਸ ਤਹਿਤ ਭਾਰਤ ਨੇ ਉਹਨਾਂ ਵਿੱਚੋਂ ਇਹਨਾਂ 'ਤੇ 3 ਕੇਸਾਂ ਦੇ ਵਿੱਚ ਉਹ ਕੇਸ ਪਾਏ ਸੀਗੇ, ਜਿਹਦੇ ਵਿੱਚ 2009 ਵਿੱਚ ਰੁਲਦਾ ਸਿੰਘ ਦਾ ਕਤਲ ਕੇਸ, ਅੰਬਾਲਾ ਅਤੇ ਪਟਿਆਲਾ ਦੇ ਬੰਬ ਬਲਾਸਟ ਦੇ ਕੇਸ, ਜਿਨ੍ਹਾਂ 'ਚੋਂ 2 ਉਹਨਾਂ ਨੇ ਵਾਪਸ ਲਏ ਅਤੇ 12 ਫਰਵਰੀ ਨੂੰ ਪੁਰਤਗਾਲ ਦੇ ਜਸਟਿਸ ਡਿਪਾਰਟਮੈਂਟ ਦੇ ਜਸਟਿਸ ਮਿਨਿਸਟਰ ਨੇ ਭਾਰਤ ਦੀ ਅਰਜ਼ੀ ਨੂੰ ਨਕਾਰਦਿਆਂ ਪਰਮਜੀਤ ਸਿੰਘ ਪੰਮਾ ਨੂੰ ਰਿਹਾ ਕੀਤਾ। ਅੱਜ ਦੇ ਸ਼ੋਅ ਵਿੱਚ ਅੱਜ ਅਸੀਂ ਭਾਈ ਪਰਮਜੀਤ ਸਿੰਘ ਪੰਮਾ ਨਾਲ ਗੱਲਬਾਤ ਕਰਾਂਗੇ ਜੋ ਸਾਡੇ ਨਾਲ UK ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਹਾਂਜੀ ਪਰਮਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਰਮਜੀਤ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ ਕਿ ਇਹ ਜਿਹੜਾ ਸਾਰਾ ਘਟਨਾਕ੍ਰਮ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ, ਇਹ ਗੱਲ ਬਹੁਤ ਜ਼ਰੂਰੀ ਹੁੰਦੀ ਹੈ ਕਿ ਅਸੀਂ ਇਹਦੇ ਪਿਛੋਕੜ ਨੂੰ ਸਮਝੀਏ ਕਿ ਇਹ ਕਿੱਥੋਂ ਸ਼ੁਰੂ ਹੋਇਆ, ਕਿਉਂ ਹੋਇਆ ਤੇ ਇਹਦਾ ਰੂਟ ਕੌਜ਼ ਕੀ ਹੈ। ਉਹਦੇ ਹਵਾਲੇ ਨਾਲ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਤੁਹਾਡੇ ਪਰਿਵਾਰਕ ਹਵਾਲੇ ਨਾਲ, ਤੁਹਾਡੇ ਬ੍ਰਦਰ ਦੇ ਹਵਾਲੇ ਨਾਲ, ਮਿਡ 90s ਦੇ ਵਿੱਚ ਜਿਹੜਾ ਜਦੋਂ ਤੁਸੀਂ ਵੀ ਭਾਰਤ ਦੇ ਵਿੱਚ ਮੌਜੂਦ ਸੀ, ਉਹ ਘਟਨਾਕ੍ਰਮ ਕੀ ਸੀਗਾ, ਉਹ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਭਾਈ ਸਾਹਿਬ, ਪਹਿਲਾਂ ਤਾਂ TV84 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਾਸ ਵੱਲੋਂ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕਹਾਣੀ ਬਹੁਤ ਲੰਬੀ ਤੇ ਦਰਦ ਭਰੀ ਕਹਾਣੀ ਹੈ ਸਾਡੇ ਪਰਿਵਾਰ ਦੀ ਜੀ। ਤੇ 1984 ਚ ਜਦੋਂ ਮੇਰੀ ਉਮਰ ਕੋਈ 11 ਸਾਲ ਦੀ ਸੀਗੀ ਜੀ, ਉਥੋਂ ਸਟਾਰਟ ਹੁੰਦੇ ਆ। ਮੇਰਾ ਵੱਡਾ ਬ੍ਰਦਰ ਭਾਈ ਪਰਮਿੰਦਰ ਸਿੰਘ ਰਾਜਾ ਜੀ, ਅਸੀਂ 1984 ਦੇ ਵਿਚ ਅਸੀਂ ਦਿੱਲੀ ਤੋਂ ਮਾਈਗ੍ਰੇਟ ਹੁੰਦੇ ਆ ਪੰਜਾਬ ਜੀ। ਤੇ ਦਿੱਲੀ ਦੇ ਵਿਚ ਕਾਫੀ ਦਰਦ ਦੇਖ ਕੇ ਅਸੀਂ ਉੱਥੇ, ਸਾਡਾ ਘਰ ਬਾਰ ਇਹਨਾਂ ਨੇ ਲੁੱਟ ਲਿਆ ਸੀ ਤੇ ਕਾਫੀ ਚਿਰ ਉੱਥੇ ਦੁੱਖ ਦੇਖਣ ਤੋਂ ਬਾਅਦ ਅਸੀਂ ਪੰਜਾਬ ਮਾਈਗ੍ਰੇਟ ਹੋਏ ਤੇ ਮਾਈਗ੍ਰੇਟ ਹੋਣ ਤੋਂ ਬਾਅਦ ਸਾਡਾ ਜਿਹੜਾ ਵੱਡਾ ਬ੍ਰਦਰ ਆ ਭਾਈ ਪਰਮਿੰਦਰ ਸਿੰਘ ਰਾਜਾ ਜੀ, ਉਹ ਕੁਛ ਜਿੱਦਾਂ ਐਕਟਿਵਿਜ਼ਮ ਚ ਸਿਆਸਤ ਚ ਥੋੜਾ ਹੱਥ ਪੈਰ ਰੱਖਦੇ ਸੀਗੇ ਜੀ, ਜੋ ਕੁਛ ਸਾਡੇ ਨਾਲ ਜ਼ੁਲਮ ਹੋਇਆ ਉਹਦੇ ਖਿਲਾਫ਼ ਆਵਾਜ਼ ਚੱਕਦੇ ਸੀ ਪੰਜਾਬ ਚ ਜੀ। ਤੇ ਉਸਦੇ ਅਧੀਨ ਭਾਈ ਪਰਮਿੰਦਰ ਸਿੰਘ ਰਾਜਾ ਨੂੰ ਬਹੁਤ ਵਾਰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਕਈ ਵਾਰ ਉਹਦੇ ਤੇ ਤਸ਼ੱਦਦ ਕੀਤਾ, ਬੇ ਇੰਤਹਾ ਤਸ਼ੱਦਦ ਕੀਤਾ ਗਿਆ ਉਹਦੇ ਤੇ ਜੀ। ਈਵਨ ਕਿ ਉਹ ਨੈਸ਼ਨਲ ਲੈਵਲ ਦਾ ਪਾਵਰ ਲਿਫਟਰ ਪਲੇਅਰ ਸੀ ਜੀ, ਤੇ
ਤਸ਼ੱਦਦ ਦਾ ਕਾਰਨ ਜਿਹੜਾ ਸੀਗਾ ਉਹ ਇਹ ਸੀਗਾ ਕਿ ਅਸੀਂ ਜਿਹੜਾ ਇਨਜਸਟਿਸ ਦੇ ਖਿਲਾਫ ਪੰਜਾਬ ਦੇ ਵਿੱਚ ਉਹ ਆਵਾਜ਼ ਚੱਕਦਾ ਸੀ ਤੇ ਹੋਰ ਉਹਦੇ ਸਾਥੀ ਨਾਲ ਜਿਹਨਾਂ ਦੇ ਉਹ ਕੰਮ ਕਰਦਾ ਸੀ ਜੀ ਤਕਰੀਬਨ ਸਾਰੇ ਸਾਥੀਆਂ ਦੇ ਨਾਲ ਆਪਣਾ ਕੰਮ ਕਰਦੇ ਆ ਉਹਨਾਂ ਨੂੰ ਕਈ ਵਾਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਜੇਲ੍ਹਾਂ ਚ ਪਾਇਆ ਤਸ਼ੱਦਦ ਕੀਤੇ ਕਾਫੀ ਬੁਰਾ ਹਾਲ ਕਰਦੇ ਰਹੇ ਉਹਨਾਂ ਦਾ ਜੀ ਇੱਕ ਦਿਨ 1990 ਦੀ ਗੱਲ ਆ ਇਹ ਸੁਮੇਧ ਸਿੰਘ ਸੈਣੀ ਉਦੋਂ SSP ਚੰਡੀਗੜ੍ਹ ਹੁੰਦਾ ਸੀ ਜੀ ਉਹਨਾਂ ਨੇ ਭਾਈ ਸਾਹਿਬ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਤੇ ਦਿੱਲੀ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਹ ਉਹਨਾਂ ਨੂੰ ਚੰਡੀਗੜ੍ਹ ਲੈ ਆਏ ਜਿੱਥੇ ਉਹਨਾਂ ਨੂੰ ਤਕਰੀਬਨ ਦੋ ਢਾਈ ਮਹੀਨੇ ਪੁਲਿਸ ਹਿਰਾਸਤ ਦੇ ਵਿੱਚ ਬੇਇੰਤਹਾ ਤਸ਼ੱਦਦ ਕੀਤਾ ਗਿਆ ਉਹਨਾਂ ਤੇ ਜੀ ਤੇ ਢਾਈ ਮਹੀਨੇ ਬਾਅਦ ਉਹਨਾਂ ਨੂੰ ਆਪਣਾ ਇੱਕ ਫੇਕ ਐਨਕਾਊਂਟਰ ਦੇ ਵਿੱਚ ਚੰਡੀਗੜ੍ਹ ਦੇ ਕੋਲੇ ਸ਼ਹੀਦ ਕਰ ਦਿੱਤਾ ਗਿਆ ਜੀ ਤੇ ਉਦੋਂ ਮੇਰੀ ਉਮਰ ਕੋਈ ਜ਼ਿਆਦਾ ਨਹੀਂ ਸੀ ਮੈਂ ਉਦੋਂ ਵੀ ਕੋਈ 17 ਸਾਲ ਦੀ ਉਮਰ ਦਾ ਸੀਗਾ ਤੇ ਕੋਈ ਜ਼ਿਆਦਾ ਮੈਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਸੀਗੀ ਤੇ ਬਸ ਇੰਨਾ ਪਤਾ ਸੀਗਾ ਕਿ ਹਾਂ ਜੀ ਸਾਡੇ ਨਾਲ ਪੰਜਾਬ ਦੇ ਵਿੱਚ ਕਾਫੀ ਧੱਕਾ ਹੋ ਰਿਹਾ ਸਿੱਖਾਂ ਦੇ ਨਾਲ ਜੀ ਤੇ ਸਾਨੂੰ ਵੀ ਪੁਲਿਸ ਛੋਟੀ ਉਮਰ ਸੀ ਪੁਲਿਸ ਮੇਰੇ ਫਾਦਰ ਨੂੰ ਮੈਨੂੰ ਫੜ ਕੇ ਲੈ ਜਾਂਦੀ ਹੁੰਦੀ ਸੀ ਉਹਨਾਂ ਨੇ ਕਿਤੇ 2-4 ਹਫ਼ਤੇ ਰੱਖਣਾ ਫਿਰ ਛੱਡ ਦੇਣਾ 2-4 ਹਫ਼ਤੇ ਰੱਖਣਾ ਛੱਡ ਦੇਣਾ ਉਦੋਂ ਦਾ ਚੱਲ ਰਿਹਾ ਸੀ ਭਾਈ ਰਾਜਾ ਜੀ 1990 ਦੇ ਵਿੱਚ ਸ਼ਹੀਦੀ ਹੋਈ ਜੀ ਉੱਥੇ ਸ਼ਹੀਦੀ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਫੜ ਲਿਆ ਗਿਆ ਮੇਰੇ ਤੇ ਕਈ ਫੇਕ ਕੇਸ ਪੰਜਾਬ ਸਟੇਟ ਚ ਪਾਏ ਗਏ ਜੀ ਤੇ ਤਕਰੀਬਨ 9-10 ਮਹੀਨੇ ਮੈਂ ਸੰਗਰੂਰ ਜੇਲ੍ਹ ਚ ਨਾਭੇ ਜੇਲ੍ਹ ਦੇ ਵਿੱਚ ਰਹਿ ਕੇ ਜਦੋਂ ਵਾਪਸ 1991 ਦੇ ਵਿੱਚ ਆਪਣੇ ਘਰੇ ਵਾਪਸ ਆਉਣਾ ਆ ਤਾਂ ਵੀ ਪੁਲਿਸ ਜਿਹੜਾ ਉਹ ਮੈਨੂੰ ਮਾਰਨ ਦੇ ਲਈ ਕਾਫੀ ਜਿੱਦਾਂ ਮੈਨੂੰ ਫੜਦੀ ਫੁੜਦੀ ਰਹੀ ਕਾਫੀ ਤਸ਼ੱਦਦ ਕਰਦੇ ਰਹੀ ਕਾਫੀ ਉਹਨਾਂ ਦਾ ਇਰਾਦਾ ਸੀਗਾ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਵੀ ਘਰੋਂ ਭਜਾ ਕੇ ਮਾਰਿਆ ਜਾਵੇ ਸੋ ਮੈਂ ਕਾਫੀ ਲੰਬਾ ਸਮਾਂ ਤਕਰੀਬਨ 1999 ਤੱਕ ਪੰਜਾਬ ਦੇ ਵਿੱਚ ਹੀ ਕਦੇ ਕਿਤੇ ਤੇ ਕਦੇ ਕਿਤੇ ਤੇ ਕਦੇ ਕਿਤੇ ਟਾਈਮ ਗੁਜ਼ਾਰਦਾ ਰਿਹਾ ਜੀ ਤੇ 1999 ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਬਚ ਬਚਾ ਕੇ ਮੈਂ ਉੱਥੋਂ ਇੰਡੀਆ ਤੋਂ ਆਪਣਾ ਇੰਗਲੈਂਡ ਪਹੁੰਚ ਗਿਆ ਜੀ ਇੰਗਲੈਂਡ ਮੈਂ 1999 ਦੇ ਵਿੱਚ ਰਾਜਸੀ ਸ਼ਰਨ ਲਈ ਜੀ ਜੋ ਕਿ 2000 ਦੇ ਵਿੱਚ 2000 ਸਤੰਬਰ ਦੇ ਵਿੱਚ ਮੇਰੀ ਪੋਲੀਟੀਕਲ ਅਸਾਈਲਮ ਦੀ ਜਿਹੜੀ ਐਪਲੀਕੇਸ਼ਨ ਉਹ ਪਾਸ ਹੋ ਗਈ ਜੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਹਨਾਂ ਨੇ ਦੇਖਿਆ ਕਿ ਯੈਸ ਇਹ ਪਰਿਵਾਰ ਦੇ ਉੱਤੇ ਤਸ਼ੱਦਦ ਹੋਇਆ ਆ ਸਾਰਾ ਮੇਰੀਆਂ ਡਾਕਟਰੀ ਰਿਪੋਰਟਸ ਮੇਰੇ ਖਿਲਾਫ਼ ਕੇਸਿਸ ਵਿੱਚ ਜਿਹੜੇ ਕਿ ਕੋਰਟ ਦੇ ਵਿੱਚ ਸੀਗੇ ਕੇਸ ਮੇਰੇ ਸਾਰੇ ਜੀ ਬਰੀ ਸੀਗੇ 1994 ਦੇ ਵਿੱਚ 1995 ਦੇ ਵਿੱਚ ਮੈਨੂੰ ਕੋਰਟ ਨੇ ਸਾਰੇ ਕੇਸਾਂ ਚੋਂ ਬਰੀ ਕਰਤਾ ਸੀ ਜੀ ਸੋ ਮੈਂ ਕਿਸੇ ਕੇਸ ਚ ਵਾਂਟਿਡ ਨਹੀਂ ਸੀ ਜਦੋਂ ਮੈਂ ਇੱਥੇ ਆਇਆ 2000 ਦੇ ਵਿੱਚ ਇੱਥੇ ਮੇਰੀ ਰਾਜਸੀ ਸ਼ਰਨ ਹੋਣ ਤੋਂ ਬਾਅਦ ਜਿੱਦਾਂ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਕੰਮ ਕਰਦਾ ਰਿਹਾ ਜੀ ਉਹਨਾਂ ਦੇ ਨਾਲ ਵਲੰਟਰੀ ਮੈਂ ਕੰਮ ਕਰਦਾ ਰਿਹਾ ਕਾਫੀ ਚਿਰ ਤੱਕ ਤਕਰੀਬਨ 2009-10 ਤੱਕ ਮੈਂ ਉਹਨਾਂ ਨਾਲ ਕੰਮ ਕਰਦਾ ਰਿਹਾ 2011 ਦੇ ਵਿੱਚ ਉਹਨਾਂ ਨੇ ਮੈਨੂੰ ਹਿਊਮਨ ਰਾਈਟਸ ਵਿੰਗ ਦਾ UK ਦਾ ਪ੍ਰਧਾਨ ਬਣਾਇਆ ਜੀ ਤੇ ਤਕਰੀਬਨ 2000 ਤੋਂ ਹੀ ਲੈ ਕੇ ਜਦੋਂ ਤੱਕ ਆਪਣਾ 2011 ਤੱਕ ਜਦੋਂ ਤੱਕ ਇਹਨਾਂ ਨੇ ਮੈਨੂੰ ਪ੍ਰਧਾਨ ਅਨਾਊਂਸ ਕੀਤਾ ਮੈਂ ਵਾਰੰਟਲੀ ਇਹਨਾਂ ਦੇ ਨਾਲ ਆਲਮੋਸਟ ਸਾਰੇ ਹੀ ਜਿੰਨੇ ਵੀ ਡੈਮੋਸਟ੍ਰੇਸ਼ਨ 1984 ਦਾ 26 ਜਨਵਰੀ ਦਾ 15 ਅਗਸਤ ਦਾ ਜਾਂ ਹੋਰ ਵੀ ਜਿਹੜੇ ਡੈਮੋਸਟ੍ਰੇਸ਼ਨ ਹੁੰਦੇ ਸੀਗੇ ਕਦੀ ਪੰਜਾਬ ਦੇ ਵਿੱਚ ਕੁਛ ਹੋਣਾ ਤੇ ਡੈਮੋਸਟ੍ਰੇਸ਼ਨ ਕਰਨੇ ਅਸੀਂ ਐਕਟਿਵਲੀ ਮੈਂ ਉਹਦੇ ਚ ਵੋਇਸ ਰੇਜ਼ ਕਰਦਾ ਰਿਹਾ ਇੰਜਸਟਿਸ ਦੀ ਸੋ ਇਹਨਾਂ ਨੂੰ ਉਸ ਗੱਲ ਤੋਂ ਬੜੀ ਤਕਲੀਫ਼ ਸੀ ਮੇਰੇ ਤੋਂ ਬਹੁਤ ਤਕਲੀਫ਼ ਸੀ 2000 ਤੋਂ ਹੀ ਜਦੋਂ ਤੋਂ ਮੈਂ ਇੱਥੇ ਰਹਿ ਰਿਹਾ ਸੀਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਪਰਮਜੀਤ ਸਿੰਘ ਨੂੰ ਕਾਬੂ ਕੀਤਾ ਜਾਏ ਤੇ ਕਾਫੀ ਵਾਰ ਮੈਨੂੰ ਇਹਨਾਂ ਨੇ ਜਿੱਦਾਂ ਆਫਰ ਵੀ ਕੀਤੀ ਕਿ ਤੂੰ ਸਾਡੇ ਖਿਲਾਫ਼ ਵੋਇਸ ਆਵਾਜ਼ ਨਾ ਚੱਕਿਆ ਕਰ ਜੀ ਤੇ ਤੈਨੂੰ ਅਸੀਂ ਜੇ ਸਾਨੂੰ ਸਾਡੇ ਵੱਲੋਂ ਕੋਈ ਹੈਲਪ ਚਾਹੀਦੀ ਤੇਰੀ ਹੈਲਪ ਕਰਾਂਗੇ ਤੇ ਹੈਲਪ ਨਹੀਂ ਸਾਨੂੰ ਚਾਹੀਦੀ ਸਾਨੂੰ ਸਾਡਾ ਦੇਸ਼ ਚਾਹੀਦਾ ਆ ਜੀ ਤੇ ਉਹਦੇ ਲਈ ਅਸੀਂ ਵੋਇਸ ਰੇਜ਼ ਕਰਦੇ ਹਾਂ ਤੇ ਉਹਦੀ ਕਰਦੇ ਰਹਾਂਗੇ ਜਦੋਂ ਤੱਕ ਸਾਡੇ ਸਾਹਾਂ ਹੈਗਾ ਆ ਜੀ ਤੇ 2009 ਦੇ ਵਿੱਚ ਭਾਈ ਸਾਹਿਬ ਇਹਨਾਂ ਨੇ ਮੈਨੂੰ ਕੋਸ਼ਿਸ਼ ਪਹਿਲਾਂ ਤਾਂ ਇਹਨਾਂ ਨੇ 2004 ਦੇ ਵਿੱਚ ਕੋਸ਼ਿਸ਼ ਕੀਤੀ ਮੈਨੂੰ ਫਸਾਉਣ ਦੀ ਜੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਜਗਤਾਰ ਸਿੰਘ ਤਾਰੇ ਉਹਨੇ ਆਪਣਾ ਬੜੈਲ ਜੇਲ੍ਹ ਦੇ ਵਿੱਚੋਂ ਆਪਣਾ ਟਨਲ ਰਾਹੀਂ ਨਿਕਲ ਗਏ ਸੀ ਜੀ ਸੁਰੰਗ ਪੁੱਟ ਕੇ ਲੰਘ ਗਏ ਸੀ ਉਦੋਂ ਥੋੜਾ ਜਿਹਾ ਮੇਰਾ ਨਾਂ ਲਿਆ ਇਹਨਾਂ ਨੇ ਕਿ ਉਹ ਪਿੱਛੋਂ ਹੈਲਪ ਕਰਦੇ ਸੀ ਬੰਦੇ
ਪੁਰਾਣੇ ਪੁਰਾਣੇ ਬੰਦੇ ਹੈਲਪ ਕਰਦੇ ਸੀ ਚਲੋ ਉਹ ਵੀ ਉਹਨਾਂ ਚ ਵੀ ਕੋਈ ਇਹਨਾਂ ਦਾ ਕੋਈ ਸਬੂਤ ਨਹੀਂ ਸੀ ਕੋਈ ਨਹੀਂ ਸੀ ਓਦਾਂ ਹੀ ਇਹਨਾਂ ਨੇ ਜਿੱਦਾਂ ਇੱਕ ਹਵਾ ਬਣਾਈ ਕਿ ਪੁਰਾਣੇ ਪੁਰਾਣੇ ਬੰਦੇ ਇਹਨਾਂ ਦੀ ਮਦਦ ਕਰਦੇ ਸੀ ਉਹਨਾਂ ਦੀ ਮਦਦ ਦੇ ਨਾਲ ਇਹਨਾਂ ਨੇ ਆਹ ਕੁਛ ਕੀਤਾ ਉਹਦੇ ਚ ਕੁਛ ਨੀ ਇਹਨਾਂ ਤੋਂ ਬਣਿਆ ਤਾਂ 2009 ਦੇ ਵਿੱਚ ਮੇਰੇ ਤੇ ਇਹਨਾਂ ਨੇ ਆਰ ਐਸ ਐਸ ਦਾ ਜਿਹੜਾ ਪੰਜਾਬ ਦਾ ਜਿਹੜਾ ਪ੍ਰਧਾਨ ਸੀਗਾ ਕੋਈ ਰੁਲਦਾਰ ਹੁੰਦਾ ਜੀ ਉਸ ਦੇ ਕੇਸ ਦੇ ਵਿੱਚ ਇਹਨਾਂ ਨੇ ਮੈਨੂੰ ਕਿਹਾ ਕਿ ਪਰਮਜੀਤ ਸਿੰਘ ਮਾਸਟਰ ਮਾਈਂਡ ਆ ਤੇ ਪਰਮਜੀਤ ਸਿੰਘ ਨੇ ਇੰਗਲੈਂਡ ਤੋਂ ਬੰਦੇ ਭੇਜੇ ਆ ਪਰਮਜੀਤ ਸਿੰਘ ਆਪਣਾ ਇੰਡੀਆ ਆਇਆ ਸੀ ਉਹਨਾਂ ਨੇ ਇੱਥੇ ਅਸੈਸੀਨੇਸ਼ਨ ਕੀਤਾ ਤੇ ਉਹ ਤੋਂ ਬਾਅਦ ਉਹ ਵਾਪਸ ਇੰਗਲੈਂਡ ਭੱਜ ਗਏ ਜੀ ਤੇ ਇਸ ਤੋਂ ਇਸ ਕੇਸ ਦੀ ਕਾਫੀ ਵੱਡੀ ਇਨਵੈਸਟੀਗੇਸ਼ਨ ਹੋਈ ਸੀ ਤੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਇੰਡੀਆ ਵਾਲਿਆਂ ਨੇ ਤੇ ਮੇਰੇ ਤੇ ਬਲੇਮ ਲਾਏ ਜਦੋਂ ਤਾਂ ਯੂਕੇ ਵਾਲੇ ਇਹਦੇ ਚ ਇਨਵੋਲਵ ਹੋਏ ਯੂਕੇ ਵਾਲੇ ਨੇ ਕਿਹਾ ਕਿ ਤੁਸੀਂ ਜਿਹੜੇ ਬਲੇਮ ਲਾਇਆ ਤੁਹਾਨੂੰ ਉਹਦਾ ਐਵੀਡੈਂਸ ਦੋ ਤੁਸੀਂ ਬਲੇਮ ਲਾ ਰਹੇ ਹੋ ਜੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਆ ਕੇ ਇਨਵੈਸਟੀਗੇਟ ਕਰੋ ਮੈਟਰ ਜਿਹੜਾ ਹੈਗਾ ਆ ਇੰਗਲੈਂਡ ਚ ਆ ਕੇ ਜੇ ਤੁਹਾਨੂੰ ਕੋਈ ਲੱਗਦਾ ਕਿ ਸਾਡਾ ਇੰਗਲੈਂਡ ਦਾ ਕੋਈ ਬੰਦਾ ਇਨਵੋਲਵ ਸੀਗਾ ਉਹਦੇ ਚ ਕੋਈ ਇਨਵੋਲਵਮੈਂਟ ਨਹੀਂ ਨਿਕਲੀ ਫਿਰ ਇੰਡੀਆ ਜਿਹੜੀ ਇੰਗਲੈਂਡ ਦੀ ਪੁਲਿਸ ਆ ਟੈਰਰਿਸਟ ਯੂਨਿਟ ਜਿਹੜਾ ਸੋਰੀ ਸੈਂਟਰਲ ਟੈਰਰਿਜ਼ਮ ਯੂਨਿਟ ਸਮਥਿੰਗ ਲਾਈਕ ਦੈਟ ਕੋਈ ਐਂਟੀ ਟੈਰਰਿਸਟ ਸਕੁਆਡ ਸਮਥਿੰਗ ਉਹ ਕੋਈ ਇੰਗਲੈਂਡ ਦੀ ਏਜੰਸੀ ਜਿਹੜੀ ਆ ਉਹਨੇ ਜਾ ਕੇ ਇੰਡੀਆ ਦੇ ਵਿੱਚ ਆਪਣਾ ਇਨਵੈਸਟੀਗੇਟ ਕੀਤਾ ਮੈਟਰ ਇਨਵੈਸਟੀਗੇਟ ਕੀਤਾ ਜੀ ਉਸ ਮੈਟਰ ਦੇ ਵਿੱਚ ਇਹਨਾਂ ਨੂੰ ਕਾਫੀ ਦੇਰ ਰਹੇ ਉਸ ਮੈਟਰ ਦੇ ਵਿੱਚ ਤਕਰੀਬਨ ਤਿੰਨ ਮਹੀਨੇ ਦੋ ਤਿੰਨ ਮਹੀਨੇ ਇੰਡੀਆ ਦੇ ਵਿੱਚ ਇਹਨਾਂ ਨੇ ਅਬਾਊਟ 200 to 250 ਬੰਦੇ ਦਾ ਇਹਨਾਂ ਨੇ ਬਿਆਨ ਲਿਆ ਤੇ ਉਹਨਾਂ ਨੂੰ ਮਿਲੇ ਤੇ ਕ੍ਰੋਸ ਐਗਜ਼ਾਮੀਨੇਸ਼ਨ ਕੀਤਾ ਤੇ ਜਿਹੜੇ ਬੰਦੇ ਇਹਨਾਂ ਨੇ ਆਲਰੇਡੀ ਉਸ ਕੇਸ ਚ ਚਾਰਜ ਕੀਤੇ ਹੋਏ ਸੀ ਉਹਨਾਂ ਬੰਦਿਆਂ ਦੇ ਨਾਲ ਪੁਲਿਸ ਨੇ ਉੱਥੇ ਮੁਲਾਕਾਤ ਕੀਤੀ ਇਹਨਾਂ ਉਹਨਾਂ ਬੰਦਿਆਂ ਨੇ ਦੱਸਿਆ ਕਿ ਸਾਨੂੰ ਤਾਂ ਥਰਡ ਡਿਗਰੀ ਟੋਰਚਰ ਕਰਕੇ ਇਹਨਾਂ ਨੇ ਪਰਮਜੀਤ ਸਿੰਘ ਦਾ ਨਾਂ ਲੈਣ ਲਈ ਕਿਹਾ ਜੀ ਤੇ ਉਦੋਂ ਅਸੀਂ ਉਸ ਦੌਰਾਨ ਤਾਂ ਅਸੀਂ ਪਰਮਜੀਤ ਸਿੰਘ ਦਾ ਨਾਂ ਲਿਆ ਪਰ ਇਹਦੀ ਰਿਐਲਿਟੀ ਕੋਈ ਨੀ ਹੈਗੀ ਜੀ ਸੋ ਇਹਨਾਂ ਨੇ ਝੂਠੇ ਪੇਪਰਾਂ ਤੇ ਸਾਡੇ ਤੋਂ ਸਾਈਨ ਕਰਾਏ ਹੋਏ ਆ ਜਿਹਨਾਂ ਤੇ ਕੁਛ ਵੀ ਨੀ ਸੀ ਲਿਖਿਆ ਹੋਇਆ ਸੋ ਆਲਮੋਸਟ ਤਕਰੀਬਨ ਦੋ ਤਿੰਨ ਮਹੀਨੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਯੂਕੇ ਦੀ ਪੁਲਿਸ ਵਾਪਸ ਯੂਕੇ ਆਈ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਆਪਣੇ ਕੋਰਟ ਨੂੰ ਉਹਨਾਂ ਨੇ ਕੇਸ ਦਿੱਤਾ ਕਿ ਅਸੀਂ ਆਹ ਇਨਕੁਆਇਰੀ ਕਰਕੇ ਆਏ ਹਾਂ ਜੀ ਤੇ ਤੁਸੀਂ ਦੇਖ ਲਓ ਜੇ ਇਸ ਇਨਕੁਆਇਰੀ ਤੇ ਕੋਈ ਕੇਸ ਦਰਜ ਹੁੰਦਾ ਤਾਂ ਠੀਕ ਹੈ ਜੇ ਨਹੀਂ ਹੁੰਦਾ ਤਾਂ ਤੁਸੀਂ ਪਰਮਜੀਤ ਸਿੰਘ ਨੂੰ ਫਰੀ ਕਰੋ ਜੀ ਕੋਰਟ ਨੇ ਕਿਹਾ ਕਿ ਇਹ ਤਾਂ ਸਾਰਾ ਕੁਛ ਜਿੱਦਾਂ ਫੈਬਰੀਕੇਟਿਡ ਸਾਰਾ ਕੁਛ ਹੈਗਾ ਆ ਜੀ ਇਹਦੇ ਚ ਐਵੀਡੈਂਸ ਤਾਂ ਕੋਈ ਹੈ ਨੀਗਾ ਤੇ ਜਿਹੜੇ ਬੰਦੇ ਵੀ ਉਹਨਾਂ ਨੇ ਖੜੇ ਕੀਤੇ ਆ ਉਹ ਕ੍ਰੋਸ ਐਗਜ਼ਾਮੀਨੇਸ਼ਨ ਚ ਉਹਨਾਂ ਬੰਦਿਆਂ ਦੇ ਪੱਲੇ ਵੀ ਕੁਛ ਨਿਕਲਿਆ ਨੀ ਉਹਨਾਂ ਤੋਂ ਜੀ ਤੋ ਉਸ ਕੇਸ ਦੇ ਵਿੱਚ ਮੈਨੂੰ ਤਕਰੀਬਨ 6 ਮਹੀਨੇ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਇਹਦੇ ਚ ਕੋਈ ਐਵੀਡੈਂਸ ਨੀ ਹੈਗਾ ਕੋਈ ਖਿਲਾਫ਼ ਇਹਦੇ ਸਬੂਤ ਨੀ ਹੈਗਾ ਤੇ ਇਹਨਾਂ ਨੇ ਮੈਨੂੰ ਬਰੀ ਕਰ ਦਿੱਤਾ ਤੇ ਉਸ ਤੋਂ ਬਾਅਦ ਵੀ ਮੇਰੇ ਤੇ ਕੇਸ ਪਾਉਣ ਦਾ ਸਿਲਸਿਲਾ ਜਾਰੀ ਰਿਹਾ ਇੰਡੀਆ ਚ ਚੱਲਦਾ ਰਿਹਾ ਪਰ ਜਿਹੜੀ ਯੂਕੇ ਪੁਲਿਸ ਆ ਉਹ ਆਲਵੇਜ਼ ਇਹੀ ਕਹਿੰਦੀ ਰਹੀ ਕਿ ਤੁਸੀਂ ਕੇਸ ਤਾਂ ਪਾਈ ਜਾਂਦੇ ਹੋ ਉਹਦੇ ਖਿਲਾਫ਼ ਕੋਈ ਤੁਹਾਡੇ ਕੋਲ ਸਬੂਤ ਨੀ ਹੁੰਦਾ ਕੋਈ ਐਵੀਡੈਂਸ ਨੀ ਹੁੰਦਾ ਸਾਡੀ ਕੰਟਰੀ ਚ ਕੋਈ ਐਸੀ ਸਾਨੂੰ ਪ੍ਰੋਬਲਮ ਨੀ ਹੈਗੀ ਸਾਡੀ ਕੰਟਰੀ ਚੋ ਪੀਸਫੁਲ ਡੈਮੋਸਟ੍ਰੇਸ਼ਨਸ ਕਰਦਾ ਆ ਜੀ ਸਾਡੀ ਕੰਟਰੀ ਚ ਕਹਿੰਦਾ ਇੰਡੀਆ ਚ ਕਦੇ ਉਹ ਆਉਂਦਾ ਨੀ ਤੇ ਤੁਹਾਨੂੰ ਤੁਸੀਂ ਉਹਦੇ ਤੇ ਕੇਸ ਕਿੱਦਾਂ ਦਰਜ ਕਰੀ ਜਾਂਦੇ ਹੋ ਨਾ ਜੀ ਉਸ ਤੋਂ ਬਾਅਦ ਵੀ ਮੇਰੇ ਤੇ ਕਾਫੀ ਕੇਸ ਉੱਥੇ ਇੰਡੀਆ ਦੇ ਵਿੱਚ ਦਰਜ ਹੋਏ ਈਵਨ ਕਿ ਜਿਹੜਾ ਰੋਜ਼ਾ ਸਿੰਘ ਦਾ ਕੇਸ ਸੀਗਾ ਉਹ ਬਰੀ ਹੋਣ ਦੇ ਬਾਵਜੂਦ ਵੀ ਰੈੱਡ ਕੋਰਨਰ ਨੋਟਿਸ ਰੈੱਡ ਅਲਰਟ ਮੇਰੇ ਖਿਲਾਫ਼ ਜਾਰੀ ਕੀਤਾ ਗਿਆ ਇੰਟਰਪੋਲ ਨੂੰ ਜਿਹਦੇ ਅਧੀਨ ਮੈਨੂੰ ਇਹਨਾਂ ਨੇ ਫੜਿਆ ਜੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਬਲੈਕ ਚੈਪਟਰ ਜਿਹੜਾ ਸ਼ੁਰੂ ਹੁੰਦਾ ਆ 2012 ਦੇ ਵਿੱਚ ਇਹਨਾਂ ਨੇ ਮੈਨੂੰ ਰੈੱਡ ਅਲਰਟ ਤੇ ਪਾਇਆ ਤੇ ਰੈੱਡ ਅਲਰਟ ਤੇ ਪਾਉਣ ਦੇ ਬਾਵਜੂਦ ਵੀ ਮੈਂ ਇੱਥੇ ਦੀ ਪੁਲਿਸ ਨੂੰ ਕਿਹਾ ਕਿ ਮੈਨੂੰ ਇੰਟਰਪੋਲ ਤੇ ਉਹਨਾਂ ਨੇ ਪਾਇਆ ਹੋਇਆ ਇਹਦਾ ਕਾਰਨ ਕੀ ਹੈ ਮੈਂ ਤਾਂ ਕੋਈ ਵਾਂਟਡ ਹੈ ਨੀ ਆਮ ਨੋਟ ਅਬਸਕੋਂਡਿੰਗ ਆਮ ਸਟੇਇੰਗ ਹੇਅਰ ਨਾ ਮੈਂ ਇੱਥੇ ਰਹਿੰਦਾ ਆਪਣੇ ਘਰ ਚ ਆਪਣੀ ਫੈਮਿਲੀ ਨਾਲ ਰਹਿੰਦਾ ਆ ਤੁਸੀਂ ਕੋਈ ਪੁੱਛ ਗਿੱਛ ਕਰਨੀ ਆ ਕੁਛ ਕਰਨਾ ਆ ਮੈਂ ਮੈਨੂੰ ਤੁਸੀਂ ਪੁੱਛ ਸਕਦੇ ਆ ਯੂਕੇ ਦੀ ਪੁਲਿਸ ਨੇ ਮੈਨੂੰ ਇਹ ਕਿਹਾ ਕਿ ਸਾਡਾ ਕੋਈ ਮਤਲਬ ਨੀ ਹੈਗਾ ਸਾਨੂੰ ਪਤਾ ਆ ਕਿ ਤੇਰੇ ਤੇ ਜਿਹੜੇ ਵੀ ਕੇਸ ਆ ਉਹ ਫਾਲਸ ਕੇਸਿਸ ਆ ਜੀ ਸੋ ਸਾਨੂੰ ਵੀ ਡੋਂਟ ਬੋਦਰ ਕਿ ਤੇਰੇ ਖਿਲਾਫ਼ ਉਹਨੇ ਰੈੱਡ ਕੋਰਨਰ ਨੋਟਿਸ ਕੀਤਾ ਜਾਰੀ ਕੀਤਾ ਆ ਕੁਛ ਵੀ ਕੀਤਾ ਆ ਜਿਹੜੀ ਸਾਡੀ ਰਿਪੋਰਟ ਆ ਸਾਡੀ ਇਨਵੈਸਟੀਗੇਸ਼ਨ ਆ ਉਹਦੇ ਚ ਤੇਰੇ ਤੇ ਕੋਈ ਕੇਸ ਨੀ ਹੈਗਾ ਸੋ ਸਾਨੂੰ ਕੋਈ ਪ੍ਰੋਬਲਮ ਨੀ ਹੈਗੀ ਜੋ ਰੈੱਡ ਕੋਰਨਰ ਨੋਟਿਸ ਇੰਡੀਆ ਨੇ ਇਸ਼ੂ ਕੀਤਾ ਉਹ ਇੰਡੀਆ ਦੀ ਪ੍ਰੋਬਲਮ ਆ ਸਾਨੂੰ ਤੂੰ ਸਾਡੀ ਕੰਟਰੀ ਚ ਰਹਿਣਾ ਸਾਨੂੰ ਕੋਈ ਲੈਣਾ ਦੇਣਾ ਨੀ ਤੂੰ ਤੂੰ ਫ੍ਰੀ ਆ ਤੂੰ ਜਿੱਥੇ ਮਰਜ਼ੀ ਟਰੈਵਲ ਕਰਨਾ ਤੂੰ ਟਰੈਵਲ ਕਰ ਸਕਦਾ ਆ ਈਵਨ 2012 ਚ ਜਦੋਂ ਇਹਨਾਂ ਨੇ ਰੈੱਡ ਕੋਰਨਰ ਨੋਟਿਸ ਇਸ਼ੂ ਕੀਤਾ ਤੇ 2013 ਦੇ ਵਿੱਚ
तकरीबन 3 साल मैं ट्रैवल किया, उस तो बाद यूरोप दे विच मैं घटो घट नहीं तो 20 तो 25 बार ट्रैवल किया होना जी। कभी मैनू कोई प्रॉब्लम मैं कभी फेस नहीं की थी, कभी कोई पिछले समय दे विच तुसीं पोर्चुगल भी गए हो? जी हाँ, मैं पोर्चुगल भी गया हां 2015 च, मैं 2 बार पोर्चुगल भी गया सी जी। तो मैनू उदों भी कोई प्रॉब्लम नहीं हुई। मैं स्पेन गया, इटली गया, एम्स्टर्डम गया, बेल्जियम गया जी। नेवर एवर मैं कभी कोई प्रॉब्लम फेस नहीं की थी कभी भी जी। सो जो 2015 दे विच अपना इंडिया का जो प्रधानमंत्री है जो मोदी ओ इत आ सब तो पहला जी डोजियर इत दिंदा आ, डोजियर दे विच मेरा ना दिंदा आ कि सानू बंदा वोंटेड आ, इन्ने केसा दे विच वोंटेड आ। इंग्लैंड दे विच बंदिया नू ट्रेन करदा आ, मतलब कि वेरी फेक स्टोरीज ਜਿਹੜੀ ਨਾ ਤਾਂ ਇੱਥੇ ਦੀ ਪੁਲਿਸ ਨੂੰ ਡਾਇਜੈਸਟ ਹੁੰਦੀਆਂ ਸੀ, ਨਾ ਇੱਥੇ ਦੇ ਲੋਕਾਂ ਨੂੰ ਡਾਇਜੈਸਟ ਹੁੰਦੀਆਂ ਸੀ, ਨਾ ਕਿਸੇ ਹੋਰ ਨੂੰ। ਮੈਂ ਇਸ ਕੰਟਰੀ ਚ ਰਹਿ ਕੇ ਬੰਦੇ ਟ੍ਰੇਨ ਕਰਦਾ ਆ, ਉਹਨਾਂ ਨੂੰ ਟ੍ਰੇਨਿੰਗ ਦਿੰਦਾ ਆ, ਬੰਬ ਬਣਾਉਣ ਦੀਆਂ, ਇਹ ਕਰਨ ਦੀਆਂ, ਉਹ ਕਰਨ ਦੀਆਂ। ਇੱਕ ਬਹੁਤ ਵੱਡਾ ਡੋਜ਼ੀਅਰ ਮੇਰੇ ਖਿਲਾਫ਼ ਤੇ ਹੋਰ ਤਕਰੀਬਨ 200 ਹੋਰ ਬੰਦੇ ਉਹਦੇ ਚ, ਇੱਕ ਅਵਤਾਰ ਸਿੰਘ ਖੰਡੇ ਦਾ ਨਾਂ, ਇੱਕ ਪਰਮਜੀਤ ਸਿੰਘ ਪੰਮਾ, ਦੋਨਾਂ ਸਾਡਾ ਨਾਂ, ਤੇ ਉਸ ਤੋਂ ਇਲਾਵਾ 200 ਹੋਰ ਨਾਂ ਉਹਦੇ ਵਿੱਚ ਡੋਜ਼ੀਅਰ ਦੇ ਵਿੱਚ। ਤੇ ਸਭ ਤੋਂ ਉੱਤੇ ਮੇਰਾ ਨਾਂ ਕਿ ਬੰਦਾ ਸਾਨੂੰ ਚਾਹੀਦਾ ਆ, ਇਹ ਬੰਦਾ ਜਿਹੜਾ ਟ੍ਰੇਨ ਕਰਦਾ ਸਾਰੇ ਬੰਦੇ, ਤੇ ਸਾਡੇ ਉੱਥੇ ਆ ਕੇ ਬੰਦੇ ਐਕਟੀਵਿਟੀਜ਼ ਕਰਦੇ ਆ ਜੀ। ਉਸ ਤੋਂ ਬਾਅਦ ਵੀ ਮੈਂ ਇੱਥੇ ਦੀ, ਫਿਰ ਮੈਂ ਇੱਥੇ ਦੀ ਪੁਲਿਸ ਕੋਲ ਗਿਆ ਕਿ ਤੁਸੀਂ ਐਡਾ ਵੱਡਾ ਝੂਠ, ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆ ਕੇ ਤੁਹਾਡੇ ਇੱਥੇ ਕਹਿੰਦਾ ਹੋਇਆ, ਤੁਸੀਂ ਉਸ ਕੇਸ ਦੀ ਇਨਵੈਸਟੀਗੇਸ਼ਨ ਕਰੋ, ਮੈਂ ਜੇ ਮੈਂ ਵਾਂਟਿਡ ਆ ਜਾਂ ਮੈਂ ਟੈਰਰਿਸਟ ਆ, ਮੈਂ ਆਪ ਤੁਹਾਡੇ ਕੋਲ ਆਇਆ ਕਿ ਤੁਸੀਂ ਇਹ ਜਿਹੜਾ ਕੇਸ ਮੇਰੇ ਤੇ ਬਲੇਮ ਲਾਏ ਗਏ ਇਹਨੂੰ ਇਨਵੈਸਟੀਗੇਟ ਕਰੋ ਪਲੀਜ਼ ਜੀ। ਸੋ ਦੇ ਉਹ ਸੈਨਿਕੋ ਕਹਿੰਦੇ ਕਿ ਸਾਨੂੰ ਇਨਵੈਸਟੀਗੇਟ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਸਾਨੂੰ, ਸਾਡੇ ਕੋਈ ਏਦਾਂ ਦੀ ਇਨਫੋਰਮੇਸ਼ਨ ਨਹੀਂ ਆਉਂਦੀ ਜੀ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਆਰਾਮ ਨਾਲ ਆਪਣੇ ਰਹਿ, ਤੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਜੇ ਸਾਨੂੰ ਕੋਈ ਲੋੜ ਹੋਊਗੀ ਇਨਵੈਸਟੀਗੇਟ ਕਰਨ ਦੀ ਆਪਾਂ ਅਸੀਂ ਆਪ ਹੀ ਕਰਾਂਗੇ, ਪਰ ਤੈਨੂੰ ਇਹਦੇ ਚ ਬੋਦਰ ਹੋਣ ਦੀ ਕੋਈ ਲੋੜ ਨਹੀਂ। ਬਟ ਮੈਨੂੰ ਨਹੀਂ ਸੀ ਪਤਾ ਕਿ ਇਹ ਜਿਹੜਾ ਡੋਜ਼ੀਅਰ ਆ ਉਹ ਇੱਕ ਮੇਰੇ ਖਿਲਾਫ਼ ਕੌਨਸਪਿਰੇਸੀ ਆ ਇੰਡੀਆ ਵੱਲੋਂ, ਜਾਂ ਮੈਨੂੰ ਇਹ ਵੀ ਨੀ ਪਤਾ ਕਿ ਯੂਕੇ ਦੀ ਵੀ ਉਹਦੇ ਚ ਕੋਈ ਇਨਵੋਲਵਮੈਂਟ ਹੈਗੀ ਕਿ ਨਹੀਂ ਹੈਗੀ। ਆਈ ਹੈਵ ਗਾਟ ਨੋ ਪ੍ਰੂਫ ਐਟ ਦ ਮੂਮੈਂਟ, ਬਟ ਡੈਫੀਨੇਟਲੀ ਇੰਡੀਆ ਜਿਹੜੀ ਆ ਉਹ ਕੌਨਸਪਿਰੇਸੀ ਇੰਡੀਆ ਨੇ ਮੇਰੇ ਖਿਲਾਫ਼ ਕੀਤੀ ਕਿ ਯੂਕੇ ਦੇ ਵਿੱਚੋਂ ਤਾਂ ਇਹਨਾਂ ਨੂੰ, ਇਹਨੂੰ ਮੈਂ ਅਸੀਂ ਨਹੀਂ ਲੈ ਕੇ ਜਾ ਸਕਦੇ, ਇਹਨੂੰ ਕਿਤੇ ਹੋਰ ਕੰਟਰੀ ਚ ਕਿਤੇ ਫੜਾਂਗੇ ਜੀ। ਸੋ ਅਕੋਰਡਿੰਗ ਟੂ ਦੈਟ ਉਹਨਾਂ ਨੇ ਮੈਨੂੰ ਪੋਰਚੁਗਲ, ਜਦੋਂ ਮੈਂ 17 ਦਸੰਬਰ 2015 ਨੂੰ ਮੈਂ ਪੋਰਚੁਗਲ ਗਿਆ। ਭਾਈ ਸਾਹਿਬ ਅਸੀਂ ਪੋਰਚੁਗਲ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਲਈਏ ਤੁਹਾਡੀ, ਜਿਹੜਾ ਪਿਛਲਾ ਸਾਰਾ ਸਮਾਂ ਸੀਗਾ ਜਦੋਂ ਤੁਸੀਂ ਇੰਗਲੈਂਡ ਇੱਕ ਵਾਰੀ ਆ ਗਏ, ਤਾਂ ਪਿੱਛੇ ਤੁਹਾਡੀ ਜਿਹੜੀ ਮਾਤਾ ਪਿਤਾ ਸੀਗੇ ਉਹਨਾਂ ਦੇ ਹਵਾਲੇ ਨਾਲ ਕੋਈ, ਉਹਨਾਂ ਦਾ ਪੁਲਿਸ ਨਾਲ ਕੀ ਰਾਬਤਾ ਹੁੰਦਾ ਸੀ, ਤੇ ਇੱਥੇ ਆਉਣ ਤੋਂ ਬਾਅਦ ਇੱਥੇ ਕੋਈ ਤੁਹਾਨੂੰ ਪ੍ਰਸ਼ਾਸਨ ਵੱਲੋਂ ਕਿਸੇ ਕਿਸਮ ਦੀ, ਤੁਸੀਂ ਆਪੇ ਦੱਸਿਆ ਕਿ ਕੋਈ ਵੀ ਇਨਵੋਲਵਮੈਂਟ ਦੀ ਜਾਂ ਇਹਨਾਂ ਨੇ ਤੁਹਾਨੂੰ ਪੂਰੀ ਕਲੀਨ ਚਿੱਟ ਦਿੱਤੀ ਹੋਈ ਸੀ, ਤੇ ਪਿੱਛੇ ਇੰਡੀਅਨ ਪ੍ਰਸ਼ਾਸਨ ਵੱਲੋਂ, ਪੁਲਿਸ ਵੱਲੋਂ, ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਪਰਿਵਾਰ ਨਾਲ ਕੋਈ ਗੱਲਬਾਤ ਹੁੰਦੀ ਰਹੀ ਹੈ ਇਸ ਹਵਾਲੇ ਨਾਲ? ਜੀ, ਪਰਿਵਾਰ ਨੂੰ ਤਾਂ ਜਦੋਂ ਦਾ ਮੈਂ ਬਾਹਰ ਆਇਆ, ਇੰਗਲੈਂਡ ਆਇਆ, ਉਸ ਤੋਂ ਪਹਿਲਾਂ ਵੀ, ਖੈਰ ਜਦੋਂ ਮੈਂ ਇੰਡੀਆ ਵੀ ਸੀ, ਤੇ ਪਰਿਵਾਰ ਨੂੰ ਤਾਂ ਰੈਗੂਲਰ ਤੰਗ ਕਰਦੇ ਰਹੇ ਆ। ਮੇਰੀ ਸਿਸਟਰ ਉੱਥੇ ਹੈਗੀਆਂ ਦੋ, ਉਹਨਾਂ ਦੀ ਫੈਮਿਲੀਜ਼ ਨੂੰ, ਮੇਰੇ ਮਾਤਾ ਪਿਤਾ, ਮੇਰੇ ਗ੍ਰੈਂਡ ਮਦਰ ਹੈਗੇ 120 ਸਾਲ ਦੇ ਆ ਉਹ ਜੀ। ਸੋ ਕਾਫੀ ਉਹਨਾਂ ਨੂੰ ਪ੍ਰੋਬਲਮ ਫੇਸ ਕੀਤੀ ਉਹਨਾਂ ਨੇ ਡਿਊਰਿੰਗ ਦੈਟ ਪੀਰੀਅਡ। ਈਵਨ ਹਲੇ ਵੀ ਤੁਸੀਂ, ਤੁਹਾਡੇ ਸਾਹਮਣੇ ਹੀ ਆ, ਇਹ ਦੌਰ ਚੱਲ ਰਿਹਾ ਹਲੇ ਵੀ, ਇਹ ਰੁਕਿਆ ਨੀ ਜੀ। ਸੋ ਉਹਦਾ ਰੀਜ਼ਨ ਇਹ ਹੈ ਕਿ ਮੈਂ ਇੰਗਲੈਂਡ ਵੀ ਆ ਗਿਆ, ਪਰ ਅਸੀਂ ਜਿਹੜੀ ਵੋਇਸ, ਜਿਹੜੀ ਇਹਨਾਂ ਦੇ ਖਿਲਾਫ਼ ਜਿਹੜੇ ਇਨਜਸਟਿਸ ਆ, ਅਸੀਂ ਉਸ ਦੇ ਖਿਲਾਫ਼ ਡੈਮੋਸਟ੍ਰੇਸ਼ਨ ਕਰਨ ਨੂੰ ਨਹੀਂ ਹਟੇ ਕਦੇ ਵੀ ਜੀ। ਸੋ ਇਹ ਚਾਹੁੰਦੇ ਸੀ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਹਟਾਉਣ, ਅਸੀਂ ਇਸ ਚੀਜ਼ ਤੋਂ ਨਹੀਂ ਹਟੇ। ਤੋ ਇਹ ਅਸੀਂ ਵਾਅਦਾ ਵੀ ਕਰਦੇ ਹਾਂ ਸਿੱਖ ਜਗਤ ਦੇ ਨਾਲ, ਆਪਣੇ ਸਿੱਖ ਪੰਥ ਦੇ ਨਾਲ, ਗੁਰੂ ਗ੍ਰੰਥ ਦੇ ਨਾਲ, ਅਸੀਂ ਜਦੋਂ ਤੱਕ ਸਾਡੇ ਸਵਾਸ ਹੈਗੇ ਆ ਅਸੀਂ ਉਦੋਂ ਤੱਕ ਹਟਾਂਗੇ ਵੀ ਨਹੀਂ ਜੀ। ਕੁਛ ਵੀ ਹੋ ਜਾਵੇ, ਜਿਹੜੇ ਇਨਜਸਟਿਸ ਦੇ ਖਿਲਾਫ਼ ਅਸੀਂ ਉਹ ਆਵਾਜ਼ ਚੱਕਦੇ ਰਹਾਂਗੇ, ਜਿਹੜੇ ਸਾਡੇ ਇਹਨਾਂ ਨੇ ਵੀਰ ਭਾਈ ਇਹਨਾਂ ਨੇ ਜੇਲ੍ਹਾਂ ਚ ਬੰਦ ਕੀਤੇ ਹੋਏ ਆ, ਉਹਨਾਂ ਤੇ ਕੋਈ ਕੇਸ ਨਹੀਂ, ਕਈ ਕਈ ਸਾਲ ਹੋ ਗਏ, 15-15, 20-20 ਸਾਲ ਹੋ ਗਏ, 25-25 ਸਾਲ ਹੋ ਗਏ, ਉਹਨਾਂ ਦੇ ਨਾ ਕੋਈ ਕੇਸ ਚੱਲਦੇ ਆ, ਨਾ ਕੋਈ ਲੈਣਾ ਨੀ ਦੇਣਾ ਨੀ, ਉਹਨਾਂ ਨੇ ਜੇਲ੍ਹਾਂ ਚ ਸਿੱਟੇ ਹੋ ਬਸ ਜੀ। ਉਹ ਕਾਹਤੋਂ ਜੀ, ਇਹ ਖਤਰਾ ਆ, ਖਤਰਾ ਇਹਨਾਂ ਨੂੰ ਸਿੱਖਾਂ ਤੋਂ ਨੀ, ਖਤਰਾ ਇਹਨਾਂ ਨੂੰ ਆਪਣੇ ਆਪ ਤੋਂ ਆ, ਇਹ ਆਪ ਡਰਦੇ ਆ ਸਿੱਖਾਂ ਤੋਂ। ਪਤਾ ਨੀ ਇਹਨਾਂ ਦੇ ਦਿਲ ਦੇ ਵਿੱਚ ਕੀ ਚੋਰ ਆ, ਜਿਹੜਾ ਇਹ ਵਿਚਾਰੇ, ਉਹ ਜਿਹੜੇ ਸਿੱਖ ਜਿਹੜੇ ਈਵਨ ਸਜ਼ਾ ਵੀ ਕੱਟ ਚੁੱਕੇ ਆ, ਜਾਂ ਜਿਹਨਾਂ ਤੇ ਕੋਈ ਕੇਸ ਹੀ ਹੈ ਨੀ ਗਾ, ਉਹ ਵੀ ਜੇਲ੍ਹਾਂ ਦੇ ਵਿੱਚ ਬੈਠੇ, ਉਹਨਾਂ ਨੂੰ ਛੱਡ ਕੇ ਨੀ ਰਾਜੀ। ਕਿਉਂ? ਕਿ ਸਿੱਖ ਕੌਮ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹ ਅਹਿਸਾਸ ਕਰਾਉਣਾ ਚਾਹੁੰਦੇ ਆ ਕਿ ਤੁਸੀਂ ਗੁਲਾਮ ਆ,
और ਤੁਸੀਂ ਸਾਡੇ ਨੀਚੇ ਹੀ ਰਹਿਣਾ ਹੈ, ਮਤਲਬ ਕਿ ਇੱਕ 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 ਦਿਮਾਗ ਦੇ ਵਿੱਚ ਇੱਕ ਗੱਲ ਵੜਨੀ ਚਾਹੁੰਦੇ ਆ ਕਿ ਤੁਸੀਂ ਸਾਡੇ ਤੋਂ ਤੁਸੀਂ ਆਜ਼ਾਦ ਨਹੀਂ ਹੋ ਸਕਦੇ, ਅਸੀਂ ਤੁਹਾਨੂੰ ਆਜ਼ਾਦ ਨਹੀਂ ਕਰਨਾ, ਅਸੀਂ ਤੁਹਾਨੂੰ ਨਹੀਂ ਛੱਡਣਾ, ਜੇ ਤੁਸੀਂ ਆਵਾਜ਼ ਚੱਕੀ ਤਾਂ ਅਸੀਂ ਤੁਹਾਨੂੰ ਝੂਠੇ ਮੁਕਾਬਲਿਆਂ ਚ ਮਾਰਾਂਗੇ, ਤੁਹਾਨੂੰ ਨਹਿਰਾਂ ਚ ਸਿੱਟਾਂਗੇ, ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਖਰਾਬ ਕਰਾਂਗੇ, ਤੁਹਾਡੇ ਘਰ ਖਰਾਬ ਕਰਾਂਗੇ। ਉਹ ਸਾਨੂੰ ਜਿੱਦਾਂ ਇੱਕ ਡਰ ਸਾਡੇ ਦਿਮਾਗ ਦੇ ਵਿੱਚ ਬਿਠਾਉਣਾ ਚਾਹੁੰਦੇ ਆ, ਉਹ ਅਸੀਂ ਉਸਦੇ ਖਿਲਾਫ਼ ਅਸੀਂ ਇੱਥੇ ਆਵਾਜ਼ ਚੱਕਦੇ ਹਾਂ ਔਰ ਉਹ ਅਸੀਂ ਚੱਕਦੇ ਰਹਾਂਗੇ। ਜੀ ਭਾਈ ਸਾਹਿਬ, ਸਾਡਾ ਹੁਣ ਸਮਾਂ ਇੱਕ ਬ੍ਰੇਕ ਦਾ ਹੋ ਰਿਹਾ ਹੈ ਤੇ ਅਸੀਂ ਬ੍ਰੇਕ ਤੋਂ ਬਾਅਦ ਇਸੇ ਉੱਪਰ ਤੁਹਾਡੇ ਨਾਲ ਵਾਰਤਾਲਾਪ ਜਾਰੀ ਰੱਖਾਂਗੇ। ਤਦ ਤੱਕ ਲਈ ਵਿਊਅਰਸ, ਵਿਲ ਬੀ ਰਾਈਟ ਬੈਕ ਆਫਟਰ ਅ ਸ਼ਾਰਟ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਪਰਮਜੀਤ ਸਿੰਘ ਪੰਮਾ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਪਰਮਜੀਤ ਸਿੰਘ ਜੀ, ਮੈਂ ਤੁਹਾਡੇ ਨਾਲ ਦੁਬਾਰਾ ਗੱਲਬਾਤ ਉੱਥੋਂ ਹੀ ਸ਼ੁਰੂ ਕਰਦਾ ਕਿ ਜਿਵੇਂ ਤੁਸੀਂ ਪਹਿਲਾਂ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਇੰਗਲੈਂਡ ਨੇ ਵੀ ਇਨਵੈਸਟੀਗੇਸ਼ਨ ਕੀਤੀ ਹੈ ਜਦੋਂ ਪਹਿਲਾਂ ਭਾਰਤ ਨੇ ਓਬਜੈਕਸ਼ਨ ਲਗਾਏ ਸੀਗੇ ਪਰ ਉਹਦੇ ਚੋਂ ਕੁਛ ਨਹੀਂ ਸੀ ਨਿਕਲਿਆ, ਐਂਡ ਐਟ ਦ ਸੇਮ ਟਾਈਮ ਕਿ ਹੁਣ ਜਿਹੜੀ ਇਹ ਦੁਬਾਰਾ ਤੁਸੀਂ ਪੋਰਚੁਗਲ ਗਏ ਹੋ, ਹਾਲਾਂਕਿ ਤੁਸੀਂ ਪਹਿਲਾਂ ਵੀ ਦੱਸਿਆ ਕਿ ਮੈਂ ਪਹਿਲਾਂ ਵੀ ਜਾਂਦਾ ਰਿਹਾ, ਤੇ ਹੁਣ ਜਦੋਂ ਤੁਸੀਂ ਗਏ ਹੋਗੇ ਫੈਮਿਲੀ ਦੇ ਨਾਲ ਛੁੱਟੀਆਂ ਕੱਟਣ, ਤਾਂ ਵਟ ਐਗਜੈਕਟਲੀ ਹੈਪਨਡ ਐਟ ਦੈਟ ਪੁਆਇੰਟ ਆਫ ਟਾਈਮ ਕਿ ਉਹ ਕੀ ਹੋਇਆ ਤੇ ਇਹ ਸਾਰੀ ਘਟਨਾਕ੍ਰਮ ਸਾਡੇ ਦਰਸ਼ਕਾਂ ਨੂੰ ਆਪਣੇ ਮੂੰਹੋਂ ਬਿਆਨ ਕਰੋ ਜੀ। ਹਾਂਜੀ ਭਾਈ ਸਾਹਿਬ, ਮੈਂ 17 ਦਸੰਬਰ ਨੂੰ ਆਪਣਾ ਕ੍ਰਿਸਮਸ ਹੋਲੀਡੇ ਸੀਗੇ, ਬੱਚੇ ਕਹਿੰਦੇ ਕਿ ਅਸੀਂ ਪੋਰਚੁਗਲ ਜਾਣਾ ਆ ਜੀ, ਅਸੀਂ ਟਿਕਟਸ ਬੁੱਕ ਕਰਾਈਆਂ ਹੋਈਆਂ ਸੀਗੀਆਂ ਤੇ ਅਸੀਂ 17 ਦਸੰਬਰ ਨੂੰ ਸਮੇਤ ਪਰਿਵਾਰ ਅਸੀਂ ਪੋਰਚੁਗਲ ਦੇ ਲਈ ਰਵਾਨਾ ਹੋਏ ਜੀ। ਪੋਰਚੁਗਲ ਦੇ ਵਿੱਚ ਫਾਰੋ ਏਅਰਪੋਰਟ ਪੈਂਦਾ ਆ ਆਪਣਾ, ਉੱਥੇ ਅਸੀਂ ਅਰਾਈਵ ਕੀਤੇ ਤੇ ਜਦੋਂ ਅਸੀਂ ਸਿਕਿਉਰਿਟੀ ਚੈੱਕ ਚੋਂ ਨਿਕਲੇ ਉੱਥੇ ਮੈਨੂੰ ਸਟੋਪ ਕਰ ਲਿਆ ਗਿਆ ਇਮੀਗ੍ਰੇਸ਼ਨ ਤੇ। ਇਮੀਗ੍ਰੇਸ਼ਨ ਤੇ ਸਟੋਪ ਕਰਕੇ ਮੇਰੇ ਬੱਚਿਆਂ ਦੇ ਪਾਸਪੋਰਟ ਦੇਖੇ ਗਏ, ਮੇਰੀ ਵਾਈਫ ਦਾ, ਮੇਰਾ ਪਾਸਪੋਰਟ ਦੇਖਿਆ ਤੇ ਉਹਨਾਂ ਨੇ ਸਾਨੂੰ ਇੱਕ ਸਾਈਡ ਤੇ ਬਿਠਾ ਲਿਆ ਸਾਰਿਆਂ ਨੂੰ, ਐਂਡ ਦੇ ਸੈਡ ਕਿ ਥੋੜੀ ਜਿਹੀ ਪ੍ਰੋਬਲਮ ਆ, ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕੁਛ ਜੀ, ਸੋ ਅਸੀਂ ਤੁਹਾਨੂੰ, ਤੁਸੀਂ ਬਹਿ ਜਾਓ, ਅਸੀਂ ਤੁਹਾਨੂੰ ਦੱਸਦੇ ਹਾਂ। ਤਕਰੀਬਨ 1.5 ਘੰਟਾ ਉਹਨਾਂ ਨੇ ਮੈਨੂੰ ਉੱਥੇ ਬਿਠਾ ਕੇ ਰੱਖਿਆ ਮੇਰੇ ਪਰਿਵਾਰ ਦੇ ਨਾਲ ਜੀ। 1.5 ਘੰਟੇ ਬਾਅਦ ਉਹ ਮੇਰੇ ਕੋਲ ਆਉਂਦੇ ਆ ਤੇ ਉਹ ਕਹਿੰਦੇ ਆ ਸੋਰੀ ਮਿਸਟਰ ਸਿੰਘ, ਸਾਨੂੰ ਆਈ ਥਿੰਕ ਸੋ ਕੁਛ ਗਲਤ ਇਨਫੋਰਮੇਸ਼ਨ ਆ, ਸੋ ਤੁਸੀਂ ਜਾ ਸਕਦੇ ਆ, ਕੋਈ ਕੋਈ ਪ੍ਰੋਬਲਮ ਨੀ ਹੈਗੀ। ਹੈ ਉਹ ਮੇਰੇ ਪਾਸਪੋਰਟ ਤੇ ਸਟੈਂਪ ਕਰਦੇ ਆ, ਮੈਨੂੰ ਐਂਟਰੀ ਦੇ ਦਿੰਦੇ ਆ ਪੋਰਚੁਗਲ ਚ ਜੀ। ਅਸੀਂ ਮੈਨੂੰ ਉਹ ਪੁੱਛ ਲੈਂਦੇ ਆ ਕਿ ਤੁਸੀਂ ਰਹਿਣਾ ਕਿੱਥੇ ਆ, ਮੈਂ ਉਹਨੂੰ ਦੱਸ ਦਿੰਦਾ ਅਸੀਂ ਫਲਾਣੇ ਹੋਟਲ ਚ ਚੱਲੇ ਆ ਜੀ, ਫਲਾਣੇ ਹੋਟਲ ਅਸੀਂ ਰਹਿਣਾ ਆ, ਇੱਕ ਵੀਕ ਲਈ ਅਸੀਂ ਇੱਥੇ ਹੋਲੀਡੇ ਲਈ ਆਏ ਆ। ਸੋ ਉਹ ਮੇਰੇ ਤੋਂ ਐਡਰੈਸ ਲੈ ਲੈਂਦੇ ਆ ਤੇ ਕੀ ਹੁੰਦਾ ਅਸੀਂ ਨੈਕਸਟ ਡੇ ਉਹ ਅਬਾਊਟ ਆਫਟਰਨੂਨ ਚ 3-4 o'clock ਹੋਟਲ ਆਉਂਦੇ ਆ ਉਹ ਚਾਰ ਜਣੇ ਵਿਦ ਇਨਕਲੂਡਿੰਗ ਦਾ ਇੰਟਰਪੋਲ ਟੀਮ ਐਂਡ ਦਾ ਲੋਕਲ ਪੁਲਿਸ ਟੀਮ ਜੀ। ਹੋਟਲ ਚ ਆ ਕੇ ਅਸੀਂ ਬੈਠੇ ਸੀਗੇ ਹੋਟਲ ਚ, ਮੇਰੇ ਬੱਚੇ ਸਵੀਮਿੰਗ ਕਰ ਰਹੇ ਸੀ, ਮੈਂ ਕੋਲ ਬੈਠਾ ਸੀ, ਐਂਡ ਉਹ ਮੇਰੇ ਕੋਲ ਆਉਂਦੇ ਆ ਤੇ ਮੈਨੂੰ ਮੇਰਾ ਨਾਂ ਪੁੱਛਦੇ ਆ, ਮੇਰਾ ਪਾਸਪੋਰਟ ਮੰਗਦੇ ਆ, ਮੈਂ ਉਹਨਾਂ ਨੂੰ ਪਾਸਪੋਰਟ ਦਿਖਾਉਣਾ ਤੇ ਉਹ ਕਹਿੰਦੇ ਕਿ ਮਿਸਟਰ ਸਿੰਘ ਅਸੀਂ ਅਰੈਸਟ ਕਰਨ ਆਏ ਆ, ਅਸੀਂ ਲੋਕਲ ਪੁਲਿਸ ਐਂਡ ਇਮੀਗ੍ਰੇਸ਼ਨ ਪੁਲਿਸ ਐਂਡ ਇੰਟਰਪੋਲ ਤੋਂ ਆਏ ਆ ਅਸੀਂ ਜੀ। ਮੈਂ ਕਿਹਾ ਕਿ ਰੀਜ਼ਨ ਗਿਵ ਮੀ ਅ ਰੀਜ਼ਨ ਟੂ ਅਰੈਸਟ ਮੀ ਹੈ ਨਾ ਜੀ। ਦੇ ਸੈਡ ਕਿ ਸਾਡੇ ਕੋਲ ਵੀ ਹੈਵ ਗੋਟ ਇਨ ਅ ਰੈੱਡ ਕਾਰਨਰ ਨੋਟਿਸ ਅਗੇਂਸਟ ਯੂ, ਸੋ ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਕਿ ਜਿਹੜਾ ਨੋਟਿਸ ਆ, ਇਹ ਨੋਟਿਸ ਜਿਹੜਾ ਇਹ ਫੋਲਟੀ ਨੋਟਿਸ ਆ, ਜਿਹੜੇ ਕੇਸਿਸ ਇਹਦੇ ਚ ਪੁੱਛੇ ਗਏ ਆ ਜੀ, ਉਹ ਜਿਹੜੇ ਸਾਰੇ ਕੇਸਿਸ ਆਲਰੇਡੀ ਜੱਜ ਹੋ ਚੁੱਕੇ ਆ ਇੰਡੀਆ ਚ ਵੀ ਤੇ ਇੰਗਲੈਂਡ ਚ ਵੀ ਜੀ। ਸੋ ਮੇਰਾ ਇਹਨਾਂ ਦੇ ਇਸ ਨੋਟਿਸ ਦੇ ਨਾਲ ਕੋਈ ਲੈਣਾ ਦੇਣਾ ਨੀਗਾ, ਇਟਸ ਨੋਟ ਇਨ ਅ ਵੈਲਿਡ ਨੋਟਿਸ, ਇਟ ਇਜ਼ ਬੇਸਿਕਲੀ ਆਨ ਅ ਫੋਲਟੀ ਨੋਟਿਸ ਹੈ ਨਾ ਜੀ। ਤੇ ਉਹ ਮੈਨੂੰ ਫਿਰ ਕਹਿੰਦੇ ਆ ਕਿ ਅਸੀਂ ਇੰਟਰਪੋਲ ਤੋਂ ਜਿਹੜੇ ਸਾਡੇ ਕੋਈ ਇਨਕੁਆਇਰੀ ਹੈਗੀ ਆ ਕੀਤੀ ਹੋਈ ਆ ਆਲਰੇਡੀ, ਅਸੀਂ ਇੰਟਰਪੋਲ ਤੋਂ ਹੀ ਹੈਗੇ ਆ, ਸੋ ਇਹ ਜਿਹੜਾ ਨੋਟਿਸ ਆ ਵੈਲਿਡ ਆ ਐਂਡ ਸਾਡੀ ਡਿਊਟੀ ਆ ਤੈਨੂੰ ਅਰੈਸਟ ਕਰਨ ਦੀ ਜੀ। ਸੋ ਮੈਨੂੰ ਕਹਿੰਦੇ ਆ 5 ਮਿੰਟ ਤੇਰੇ ਕੋਲ ਹੈਗੇ ਆ, ਤੂੰ ਆਪਣੇ ਕੱਪੜੇ ਕੁਪੜੇ ਲੈ ਲਾ ਨਾਲ ਜੀ, ਤੇ ਸਾਡੇ ਨਾਲ ਚੱਲ। ਬੱਚੇ ਉੱਥੇ ਬੈਠੇ ਸੀ ਤੇ ਉਹ ਬੱਚੇ ਬੜੇ ਛੋਟੇ ਛੋਟੇ ਸੀ, ਮੈਨੂੰ ਸਮਝ ਨਹੀਂ ਸੀ ਆ ਰਿਹਾ ਇਹਨਾਂ ਨੂੰ ਕਿੱਦਾਂ ਸਮਝਾਵਾਂ ਤੇ ਕੀ ਕਹਾਂ, ਤੇ ਮੈਂ ਆਪਣੀ ਸਿੰਘਣੀ ਨੂੰ ਬੁਲਾਇਆ ਤੇ ਮੈਂ ਉਹਨੂੰ ਦੱਸਿਆ ਕਿ ਆਹ ਪ੍ਰੋਬਲਮ ਆ, ਸੋ ਯੂ ਹੈਵ ਟੂ ਕੰਟੈਕਟ ਦਾ ਸਿੱਖ ਕਮਿਊਨਿਟੀ ਐਂਡ ਦਾ ਮੀਡੀਆ ਐਂਡ ਬੱਚਿਆਂ ਨੂੰ ਲੁੱਕ ਆਫਟਰ ਕਰੀ, ਹੁਣ ਮੈਂ ਚੱਲਿਆ, ਹੁਣ ਮੈਨੂੰ ਜਾਣਾ ਪੈਣਾ ਉਹਨਾਂ ਦੇ ਨਾਲ।
ਤੋ ਮੈਂ ਬੱਚਿਆਂ ਨੂੰ ਬਾਏ ਬਾਏ ਕਰ ਦਿੰਦਾ ਕਿ ਬੱਚਿਓ ਮੈਂ 2 ਦਿਨਾਂ ਲਈ ਕੰਮ ਜਾ ਰਿਹਾ ਕਿਤੇ ਤੇ ਮੈਂ 2 ਦਿਨਾਂ ਤੱਕ ਮੁੜ ਕੇ ਆਉਣਾ ਆ। ਉਸ ਲਈ ਮੈਨੂੰ ਸੋਚ ਨਹੀਂ ਸੀ ਰਿਹਾ ਹੋਰ ਕੀ ਕਹੀਏ। ਤੋ ਮੈਂ ਕਹਿ ਕੇ ਉਹਨਾਂ ਨੂੰ ਨਿਕਲ ਜਾਂਦਾ, ਮੈਨੂੰ ਪੁਲਿਸ ਸਟੇਸ਼ਨ ਲੈ ਜਾਂਦੇ ਆ, ਉਹ ਆਪਣਾ ਫਾਰੋ ਪੁਲਿਸ ਸਟੇਸ਼ਨ ਲੈ ਜਾਂਦੇ ਆ ਜੀ। ਪੁਲਿਸ ਸਟੇਸ਼ਨ ਲੈ ਜਾ ਕੇ ਆਪਣਾ ਮੈਨੂੰ ਕਹਿੰਦੇ ਆ ਕਿ ਸਾਨੂੰ ਸਾਡਾ ਸਾਡੀ ਕੰਟਰੀ ਚ ਤੇਰਾ ਕੋਈ ਕ੍ਰਾਈਮ ਨਹੀਂ ਹੈਗਾ ਜੀ, ਬਟ ਇੰਟਰਪੋਲ ਤੈਨੂੰ ਮੰਗ ਰਿਹਾ ਆ, ਇੰਡੀਆ ਦੇ ਵਿੱਚ ਤੇਰੇ ਤੇ ਕਾਫੀ ਕੇਸ ਦਰਜ ਆ, ਇੰਡੀਆ ਦੀ ਜਿਹੜੀ ਡਿਮਾਂਡ ਆ ਤੈਨੂੰ ਅਰੈਸਟ ਕਰਨ ਦੀ, ਉਹਦੇ ਤੇ ਤੈਨੂੰ ਅਸੀਂ ਅਰੈਸਟ ਕੀਤਾ ਨਾ। ਮੈਂ ਇਹਨਾਂ ਨੂੰ ਕਹਿੰਦਾ ਕਿ ਤੁਸੀਂ, ਮੈਂ ਤਾਂ ਇੰਡੀਆ ਜਾਂਦਾ ਨੀ ਗਾ, ਮੇਰਾ ਪਾਸਪੋਰਟ ਤੁਹਾਡੇ ਕੋਲ ਆ, ਮੈਂ ਯੂਕੇ ਰਹਿੰਦਾ, ਤੁਸੀਂ ਇੰਡੀਆ ਨਾਲ ਨਹੀਂ, ਤੁਸੀਂ ਯੂਕੇ ਨਾਲ ਕੰਟੈਕਟ ਕਰੋ ਟੂ ਗੈਟ ਇਨ ਰਾਈਟ ਇਨਫੋਰਮੇਸ਼ਨ ਅਬਾਊਟ ਦਿਸ ਰੈਡ ਕਾਰਨਰ ਨੋਟਿਸ ਹੈ ਨਾ ਜੀ। ਤੇ ਉਹ ਕਹਿੰਦੇ ਆ ਕਿ ਸਾਡੀ ਡਿਊਟੀ ਨੀ ਹੈਗੀ, ਅਸੀਂ ਤੈਨੂੰ ਅਰੈਸਟ ਕਰਨਾ ਸੀ, ਅਰੈਸਟ ਕਰਕੇ ਅਸੀਂ ਤੈਨੂੰ ਕੋਰਟ ਚ ਪੇਸ਼ ਕਰਨਾ ਆ ਜੀ, ਐਂਡ ਦ ਕੋਰਟ ਇਜ਼ ਗੋਇੰਗ ਟੂ ਬੀ ਡਿਸਾਈਡ ਵੈਦਰ ਯੂ ਗੋਇੰਗ ਟੂ ਬੀ ਫਰੀ ਔਰ ਵੈਦਰ ਤੈਨੂੰ ਜੇਲ ਚ ਭੇਜਣਾ ਉਹਨਾਂ ਨੇ ਜੀ। ਉਹ ਮੈਨੂੰ ਅਰੈਸਟ ਕਰ ਲਿੱਤਾ ਜਾਂਦਾ ਆ, ਜਦੋਂ ਮੈਨੂੰ ਅਰੈਸਟ ਕਰਦੇ ਆ ਮੇਰੇ ਕੋਲ ਫੋਨ ਮੇਰਾ ਸੀਗਾ ਤੇ ਮੈਨੂੰ ਫਿਰ ਭਾਈ ਗੁਰਬਲਵੰਤ ਸਿੰਘ ਪੰਨੂ ਦਾ ਨੰਬਰ ਮੇਰੇ ਕੋਲ ਹੀ ਸੀ ਤੇ ਮੈਂ ਭਾਜੀ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਭਾਜੀ ਆਹ ਭਾਣਾ ਇੱਥੇ ਵਾਪਰ ਗਿਆ ਤੇ ਸਾਰਾ ਕੁਛ ਹੈਗਾ ਤਾਂ ਨਜਾਇਜ਼ ਹੀ ਆ, ਤੁਹਾਨੂੰ ਪਤਾ ਆ, ਤਾਂ ਹੁਣ ਮੈਨੂੰ ਸਮਝ ਨੀ ਆ ਰਿਹਾ ਕੀ ਕੀਤਾ ਜਾਵੇ ਜੀ। ਤੇ ਭਾਈ ਸਾਹਿਬ ਉਹਨਾਂ ਕਹਿੰਦੇ ਆ ਕਿ ਸਿੰਘਾ ਹੁਣ ਫਸ ਗਿਆ ਪਰ ਹੌਸਲਾ ਰੱਖੀ, ਗੱਲ ਕੋਈ ਨੀ ਹੈਗੀ ਤੇ ਮੈਂ ਹੁਣ ਹੁਣੇ ਹੀ ਫਲਾਈ ਕਰਦਾ ਆ, ਹੁਣੇ ਹੀ ਪਹੁੰਚਦਾ ਮੈਂ ਪੋਰਚੁਗਲ ਹਨਾ। ਤੇ ਭਾਈ ਸਾਹਿਬ ਉਹਨੇ ਮੇਰੇ ਖਿਆਲ 24 ਘੰਟਿਆਂ ਦੇ ਦਰਮਿਆਨ ਟਿਕਟ ਲੈ ਕੇ ਨਾਲ ਹੀ ਪੋਰਚੁਗਲ ਪਹੁੰਚ ਗਏ ਤੇ ਸਾਡਾ ਲੀਗਲ ਪ੍ਰੋਸੀਜਰ ਜਿਹੜਾ ਸ਼ੁਰੂ ਕਰਤਾ ਇਹਨਾਂ ਨੇ, ਮੈਨੂੰ ਕੋਰਟ ਚ ਪੇਸ਼ ਕੀਤਾ ਮੰਡੇ ਨੂੰ। ਜਦੋਂ ਮੈਂ ਕੋਰਟ ਚ ਗਿਆ ਤੇ ਮੰਡੇ ਨੂੰ ਮੇਰੇ ਵਕੀਲ ਸਰਦਾਰ ਅਮਰਜੀਤ ਸਿੰਘ ਭੱਚੂ ਯੂਕੇ ਤੋਂ ਤੇ ਭਾਈ ਗੁਰਪਤਵੰਤ ਸਿੰਘ ਪੰਨੂ USA ਤੋਂ ਆਏ ਹੋਏ ਸੀ ਜੀ। ਤੇ ਇਹਨਾਂ ਨੂੰ ਮੈਂ ਸਾਰੀ ਸਟੋਰੀ ਦੱਸੀ ਉੱਥੇ ਜਦੋਂ ਕੋਰਟ ਦੇ ਵਿੱਚ ਮੈਨੂੰ ਪੇਸ਼ ਕੀਤਾ ਤੇ ਮੈਂ ਸਾਰਾ ਕੁਛ ਇਹਨਾਂ ਨੂੰ ਦੱਸਿਆ ਕਿ ਕੁਛ ਹੋਇਆ ਕੀ ਕੁਛ ਨਹੀਂ। ਤੇ ਇਹਦੇ ਚ ਫਿਰ ਸਾਰਿਆਂ ਨੂੰ ਕੌਂਸਪਰੇਸੀ ਦੀ ਸਮੈਲ ਤਾਂ ਆ ਹੀ ਰਹੀ ਸੀਗੀ ਕਿ ਇੰਡੀਆ ਦੀ ਇਹ ਕੌਂਸਪਰੇਸੀ ਆ, ਅਕੋਰਡਿੰਗ ਟੂ ਕੌਂਸਪਰੇਸੀ ਫੜਿਆ ਤੁਹਾਨੂੰ। ਤੇ ਡੋਂਟ ਵਰੀ ਭਾਈ ਸਾਹਿਬ ਉਹਨਾਂ ਨੇ ਬੜਾ ਹੌਸਲਾ ਦਿੱਤਾ ਕਿ ਫਿਕਰ ਕਰਨ ਦੀ ਲੋੜ ਨੀ ਹੈਗੀ ਤੇ ਬੱਚੇ ਠੀਕ ਠਾਕ ਆ, ਬੱਚਿਆਂ ਨੂੰ ਵਾਪਸ ਇੰਗਲੈਂਡ ਨੂੰ ਭੇਜ ਦਿੱਤਾ ਘਰ ਨੂੰ ਤੇ ਆਪਾਂ ਹੁਣ ਤੇਰਾ ਲੀਗਲ ਕੇਸ ਫਾਈਟ ਕਰਦੇ ਆ ਇੱਥੇ ਜੀ। ਮੇਰਾ ਲੀਗਲ ਕੇਸ ਭਾਈ ਗੁਰਪਤਵੰਤ ਸਿੰਘ ਪੰਨੂ ਨੇ ਆਪਣਾ ਸਟਾਰਟ ਕੀਤਾ, ਅਸਲ ਚ ਮੁੱਢ ਬੰਨਿਆ ਤੇ ਉਹਦੇ ਚ ਯੂਕੇ ਦੀਆਂ ਸਿੱਖ ਜਥੇਬੰਦੀਆਂ ਜਿੱਦਾਂ ਸਿੱਖ ਫੈਡਰੇਸ਼ਨ ਯੂਕੇ, ਸਿੱਖ ਕੌਂਸਲ ਯੂਕੇ, ਕੇਸਰੀ ਲਹਿਰ ਯੂਕੇ ਤੇ ਹੋਰ ਤਕਰੀਬਨ ਆਲਮੋਸਟ ਸਾਰੀਆਂ ਜਥੇਬੰਦੀਆਂ ਨੇ ਬੜਾ ਜਬਰਦਸਤ ਸਹਿਯੋਗ ਦਿੱਤਾ। ਸਾਡੇ ਜਿਹੜੇ ਲੋਕਲ ਪੋਲੀਟੀਸ਼ੀਅਨ MP ਸੀਗੇ ਸਾਰਿਆਂ ਕੋਲ ਇਹ ਗੱਲ ਪਹੁੰਚੀ ਜੀ। ਭਾਈ ਗੁਰਪਤਵੰਤ ਸਿੰਘ ਪੰਨੂ ਦੀਆਂ ਰੈਗੂਲਰ ਮੀਟਿੰਗਸ ਆਪਣਾ ਪੋਲੀਟੀਸ਼ੀਅਨਸ ਦੇ ਨਾਲ, ਭਾਈ ਦਵਿੰਦਰਜੀਤ ਸਿੰਘ ਸਿੱਖ ਫੈਡਰੇਸ਼ਨ UK ਤੋਂ, ਉਹਨਾਂ ਨੇ ਬੜੇ ਜਬਰਦਸਤ ਲੌਬੀਜ਼ ਕੀਤੀਆਂ ਜੀ ਆਪਣੀਆਂ MPs ਦੇ ਨਾਲ ਤੇ ਸਿੱਖ ਕੇਸਰੀ ਲਹਿਰ ਨੇ ਬੜੀ ਜਬਰਦਸਤ ਰੋਲ ਅਦਾ ਕੀਤਾ ਇਹਦੇ ਚ। ਆਪਣਾ ਸਿੱਖ ਕੌਂਸਲ UK ਨੇ ਬੜਾ ਜਬਰਦਸਤ ਰੋਲ ਅਦਾ ਕੀਤਾ ਜੀ। ਸਾਰੇ ਆਪਣੇ ਆਪਣੇ ਤਰੀਕੇ ਨਾਲ ਜਿੱਦਾਂ ਬੜਾ ਉੱਦਮ ਕਰਕੇ ਇਹਨਾਂ ਨੇ ਲੜਾਈ ਲੜੀ ਤੇ ਉਹ ਲੜਾਈ ਜਦੋਂ ਸਾਰੀ ਦੁਨੀਆਂ ਦੇ ਵਿੱਚ ਜਦੋਂ ਫੈਲ ਗਈ ਕਿ ਕਿਸੇ ਸਿੱਖ ਇਨੋਸੈਂਟ ਸਿੱਖ ਨੂੰ ਕਿਸੇ ਨੂੰ ਇਹਨਾਂ ਨੇ ਫੜ ਲਿਆ ਜੀ, ਤੇ ਉਹ ਸਾਰੀ ਦੁਨੀਆਂ ਦੇ ਵਿੱਚ ਐਸਾ ਰੂਪ ਧਾਰਨ ਕਰ ਗਈ ਕਿ ਪੋਰਚੁਗੀਜ਼ ਅੰਬੈਸੀ ਦੇ ਉੱਤੇ ਬੜਾ ਜ਼ਬਰਦਸਤ ਪ੍ਰੈਸ਼ਰ ਬਣ ਗਿਆ ਤੇ ਈਵਨ ਪੋਰਚੁਗੀਜ਼ ਅੰਬੈਸੀ ਨੂੰ ਵੀ ਸਮਝ ਲੱਗ ਗਿਆ, ਪੋਰਚੁਗੀਜ਼ ਕੰਟਰੀ ਨੂੰ ਵੀ ਪਤਾ ਲੱਗ ਗਿਆ ਕਿ ਦੇਅਰ ਇਜ਼ ਸਮਥਿੰਗ ਰੋਂਗ ਹੈ ਨਾ ਜੀ। ਇੱਕ ਬੰਦਾ UK ਤੋਂ ਫਲਾਈ ਕਰਦਾ ਆ ਤੇ UK ਦੇ ਵਿੱਚ ਉਹਨੂੰ ਨਹੀਂ ਫੜਿਆ ਜਾਂਦਾ, ਉਹ ਪੋਰਚੁਗਲ ਆਉਂਦਾ ਆ, ਲੀਗਲ ਉਹਦੇ ਕੋਲ ਪੇਪਰਸ ਆ, ਪੋਰਚੁਗਲ ਚ ਉਹਨੂੰ ਫੜ ਲਿਆ ਜਾਂਦਾ ਆ ਇੰਟਰਪੋਲ ਵੱਲੋਂ, ਦੇਅਰ ਇਜ਼ ਸਮਥਿੰਗ ਰੋਂਗ, ਦੇਅਰ ਇਜ਼ ਸਮ ਸੋਰਟ ਆਫ ਕੌਂਸਪਰੇਸੀ ਅਗੇਂਸਟ ਦਿਸ ਹੈ ਨਾ ਜੀ। ਸੋ ਉਹ ਜਿਹੜੀ ਕੌਂਸਪਰੇਸੀ ਸੀ ਉਹਦੇ ਬਾਰੇ ਜਿਹੜਾ ਪੋਰਚੁਗਲ ਦੀ ਸਰਕਾਰ ਦੇ ਦਿਮਾਗ ਚ ਇੱਕ ਗੱਲ ਪਾਉਣੀ ਕਿ ਰਿਐਲਿਟੀ ਚ ਇਹ ਇੱਕ ਕੌਂਸਪਰੇਸੀ ਆ ਤੇ ਇੰਡੀਆ ਜਿਹੜਾ ਆ ਉਹ ਇੱਕ ਕਰਪਟ ਕੰਟਰੀ ਆ ਤੇ ਉਹ ਯੂਜ਼ ਕਰ ਰਿਹਾ ਜਿਹੜਾ ਪੋਰਚੁਗਲ ਦਾ ਸ਼ੋਲਡਰ ਭਾਈ ਪਰਮਜੀਤ ਸਿੰਘ ਪੰਮੇ ਨੂੰ ਵਾਪਸ ਇੰਡੀਆ ਲੈ ਕੇ ਜਾਣ ਦੇ ਲਈ ਜੀ। ਸੋ ਉਸਦੇ ਲਈ ਭਾਈ ਗੁਰਪਤਵੰਤ ਸਿੰਘ ਪੰਨੂ ਨੇ ਉੱਥੇ ਲੋਕਲ ਮੀਡੀਆ ਦੇ ਵਿੱਚ ਲੋਕਲ ਪੋਲੀਟੀਸ਼ੀਅਨਸ ਦੇ ਨਾਲ ਕਾਫੀ ਜ਼ਬਰਦਸਤ ਲੌਬੀਜ਼ ਕੀਤੀਆਂ ਜੀ ਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਾ ਦਿੱਤਾ ਕਿ ਇਹ ਜਿਹੜਾ ਸਿੱਖ ਇੱਥੇ ਫੜਿਆ ਹੋਇਆ ਤੁਹਾਡੇ ਇੱਥੇ ਇਹ
ਇਹ ਆਪ ਵਿਕਟਿਮ ਆ ਇਹਨਾਂ ਦੇ ਤਾਂ ਆਪ ਪਰਿਵਾਰ ਦੇ ਮੈਂਬਰ ਜਿਹੜੇ ਆ ਸਟੇਟ ਟੈਰਰਿਜ਼ਮ ਦੇ ਸ਼ਿਕਾਰ ਆ ਤੇ ਇਹ ਟੈਰਰਿਸਟ ਕਿੱਥੋਂ ਹੋ ਸਕਦੇ ਆ ਨਾ ਜੀ ਸੋ ਇੰਨਾ ਜ਼ਬਰਦਸਤ ਉਹਨਾਂ ਨੇ ਰੋਲ ਅਦਾ ਕੀਤਾ ਇਸ ਲੜਾਈ ਦੇ ਵਿੱਚ ਕਿ ਉਹਨਾਂ ਦੇ ਖਾਨੇ ਗੱਲ ਪਾਤੀ ਹੈ ਕਿ ਅਸੀਂ ਟੈਰਰਿਸਟ ਇਹ ਬੰਦੇ ਟੈਰਰਿਸਟ ਨਹੀਂ ਇਹ ਐਕਟਿਵਿਸਟ ਆ ਟੈਰਰਿਜ਼ਮ ਤਾਂ ਸਟੇਟ ਆ ਜਿਹਦੇ ਸਟੇਟ ਤੋਂ ਤੰਗ ਹੋ ਕੇ ਅਸੀਂ ਦੂਜੀ ਕੰਟਰੀ ਦੇ ਵਿੱਚ ਜਾ ਕੇ ਪੋਲੀਟੀਕਲ ਅਸਾਇਲਮ ਲੈਂਦੇ ਆ ਤਾਂ ਮਤਲਬ ਅਸੀਂ ਵਿਕਟਿਮਸ ਆ ਅਸੀਂ ਟੈਰਰਿਸਟ ਥੋੜੀ ਹੋਏ ਜੀ ਇਹ ਦਿਮਾਗ ਚ ਉਹਨਾਂ ਦੇ ਜਦੋਂ ਗੱਲ ਪੋਰਚੁਗੀਜ਼ ਜਿਹੜੇ ਲਾ ਮੇਕਰ ਸੋਰੀ ਆਪਣਾ ਜਸਟਿਸ ਮਿਨਿਸਟਰੀ ਜਿਹੜੀ ਆ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਇਸ ਗੱਲ ਨੂੰ ਇਨਵੈਸਟੀਗੇਟ ਕੀਤਾ ਜਾਏ ਕਿ ਇਹਦੇ ਵਿੱਚ ਹੈ ਕਿ ਉਹਨਾਂ ਨੇ ਆਪਣੇ ਤੌਰ ਤੇ ਇਸ ਚੀਜ਼ ਨੂੰ ਇਨਵੈਸਟੀਗੇਟ ਕੀਤਾ ਐਂਡ ਉਹਨਾਂ ਨੇ ਦੇਖਿਆ ਕਿ ਰਿਐਲਿਟੀ ਚ ਇਹ ਜਿਹੜੀ ਸਿੱਖ ਕੌਮ ਆ ਇਹ ਵਿਕਟਿਮ ਆ ਜਿਹੜੇ ਜਿਹੜਾ ਹਿੰਦੂ ਸਮਾਜ ਜਿਹੜਾ ਹਿੰਦੁਸਤਾਨ ਆ ਉਹ ਅਸਲ ਚ ਟੈਰਰਿਸਟ ਹੈਗੇ ਆ ਜਿਹਨਾਂ ਨੇ ਇਹਨਾਂ ਨੂੰ ਤੰਗ ਕੀਤਾ ਇਹਨਾਂ ਉਹਨਾਂ ਦੇ ਵਿਕਟਿਮ ਇਹ ਆ ਸਿੱਖ ਆ ਜੀ ਸੋ ਉਹਨਾਂ ਨੇ ਕਾਫੀ ਉੱਥੇ ਦੇ ਮੀਡੀਆ ਨੇ ਤੇ ਉੱਥੇ ਦੇ ਪੋਲੀਟੀਸ਼ੀਅਨਸ ਨੇ ਕਾਫੀ ਜਿੱਦਾਂ ਸਿੱਖਾਂ ਦੇ ਬਾਰੇ ਪਤਾ ਕੀਤਾ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਇਹ ਵਿਕਟਿਮ ਇਹ ਨੇ ਤੇ ਟੈਰਰਿਸਟ ਅਸਲ ਸਟੇਟ ਆ ਅਸੀਂ ਤਾਂ ਸਟੇਟ ਟੈਰਰਿਜ਼ਮ ਦੇ ਸ਼ਿਕਾਰ ਹੋਏ ਹੋਏ ਜੀ ਸੋ ਉਹ ਚੀਜ਼ ਜਿਹੜੀ ਆ ਉਸਦਾ ਉਹਦਾ ਜਿਹੜਾ ਮੁੱਢ ਲੜਾਈ ਦਾ ਜਿਹੜਾ ਗੁਰਪਤਵੰਤ ਸਿੰਘ ਪੰਨੂ ਨੇ ਬੰਨਿਆ ਉਹਦਾ ਜਿਹੜਾ ਸਿਹਰਾ ਆ ਉਹ ਸਾਰੀ ਕੌਮ ਦੇ ਸਿਰ ਭਾਈ ਗੁਰਪਤਵੰਤ ਸਿੰਘ ਪੰਨੂ ਦੀ ਅਥਾਹ ਜਿਹੜੀ ਕੋਸ਼ਿਸ਼ ਬੇਅੰਤ ਕੋਸ਼ਿਸ਼ ਇੰਨੀ ਕੋਸ਼ਿਸ਼ ਭਾਈ ਸਾਹਿਬ ਕਿ ਮੇਰੇ ਤੋਂ ਸ਼ਬਦਾਂ ਚ ਦੱਸਣੀ ਬੜੀ ਔਖੀ ਆ ਮੈਨੂੰ ਕਿਉਂਕਿ ਕੁਛ ਗੱਲਾਂ ਨਾ ਜ਼ਿੰਦਗੀ ਚ ਗੁਰਪਤਵੰਤ ਸਿੰਘ ਪੰਨੂ ਮੇਰੇ ਭਰਾ ਆ ਮੇਰੇ ਵੱਡੇ ਭਰਾ ਨੇ ਜੀ ਕੁਛ ਚੀਜ਼ਾਂ ਜ਼ਿੰਦਗੀ ਚ ਏਦਾਂ ਦੀਆਂ ਹੁੰਦੀਆਂ ਆ ਕਿ ਉਹਨਾਂ ਨੂੰ ਭੁੱਲਣਾ ਬਹੁਤ ਔਖਾ ਹੁੰਦਾ ਹੈ ਸਰਦਾਰ ਗੁਰਪਤਵੰਤ ਸਿੰਘ ਪੰਨੂ ਜੇਲ੍ਹ ਦੇ ਵਿੱਚ ਮੈਨੂੰ ਆਉਂਦੇ ਆ ਆ ਕੇ ਮੈਨੂੰ ਇੱਕ ਗੱਲ ਕਹਿੰਦੇ ਆ ਕਹਿੰਦੇ ਸਿੰਘ ਜੇ ਤੈਨੂੰ ਨਾ ਇੱਥੇ ਛੁਡਾ ਸਕਿਆ ਘਰੇ ਮੈਂ ਵੀ ਨੀ ਜਾਣਾ ਆਪਣੇ ਉਹ ਕਹਿੰਦੇ ਕਿ ਏਡੀ ਵੱਡੀ ਵੀ ਕਿਹੜੀ ਗੱਲ ਆ ਕਿ ਹਿੰਦੁਸਤਾਨ ਦਾ ਜਿੱਥੋਂ ਦਿਲ ਕਰੇ ਕਿਸੇ ਸਿੱਖ ਨੂੰ ਚੱਕ ਕੇ ਲੈ ਜਾਵੇ ਜਿੱਥੋਂ ਦਿਲ ਕਰੇ ਕਿਸੇ ਸਿੱਖ ਨੂੰ ਫੜ ਲਵੇ ਜਿਹਨੂੰ ਮਰਜ਼ੀ ਚੱਕ ਕੇ ਜੇਲ੍ਹ ਚ ਸਿੱਟ ਦੇਵੇ ਜਿਹਨੂੰ ਮਰਜ਼ੀ ਚੱਕ ਕੇ ਕੁਛ ਕਰ ਦੇਵੇ ਹਨਾ ਅਸੀਂ ਲੜਾਈ ਲੜਨੀ ਆ ਬੜੀ ਤਰੀਕੇ ਦੇ ਨਾਲ ਲੀਗਲ ਤਰੀਕੇ ਦੇ ਨਾਲ ਆਪਾਂ ਲੜਾਈ ਲੜਨੀ ਆ ਅਹਿਸਾਸ ਕਰਾਉਣਾ ਹੈ ਇਹਨਾਂ ਕੰਟਰੀਜ਼ ਨੂੰ ਕਿ ਟੈਰਰਿਸਟ ਅਸੀਂ ਨੀਗੇ ਟੈਰਰਿਸਟ ਅਸਲ ਚ ਹਿੰਦੁਸਤਾਨ ਆ ਔਰ ਐਂਡ ਆਫ ਦਾ ਡੇ ਉਹਨਾਂ ਨੇ ਇੱਕ ਵੱਡੀ ਲੜਾਈ ਲੜਨ ਤੋਂ ਬਾਅਦ ਪੋਰਚੁਗਲ ਦੇ ਜਿਹੜੇ ਲੋਕ ਆ ਜਿਹੜੇ ਮਿਨਿਸਟਰ ਆ ਜਿਹੜਾ ਮੀਡੀਆ ਉਹਨਾਂ ਦੇ ਦਿਮਾਗ ਚ ਇਹ ਗੱਲ ਬਿਠਾਤੀ ਕਿ ਅਸੀਂ ਬਿਲਕੁਲ ਠੀਕ ਆ ਆਪਣੇ ਲੀਗਲ ਤਰੀਕੇ ਨਾਲ ਇਹਨਾਂ ਦੇਸ਼ਾਂ ਚ ਰਹਿੰਦੇ ਆ ਅਸੀਂ ਟੈਰਰਿਜ਼ਮ ਕਰਦੇ ਨੀ ਅਸੀਂ ਕਿਸੇ ਨੂੰ ਕੁਛ ਕਿਹਾ ਨੀ ਸਿਰਫ ਤੇ ਸਿਰਫ ਸਾਡੀ ਆਵਾਜ਼ ਦਬਾਉਣ ਦੇ ਲਈ ਜਿਹੜਾ ਹਿੰਦੁਸਤਾਨ ਦੇ ਜਿਹੜੇ ਹਾਕਮ ਆ ਹਿੰਦੁਸਤਾਨ ਦੀਆਂ ਜਿਹੜੀਆਂ ਸਟੇਟਾਂ ਆ ਉਹ ਸਾਨੂੰ ਚਾਹੁੰਦੀਆਂ ਕਿ ਇਹਨਾਂ ਨੂੰ ਟੈਰਰਿਸ ਅਨਾਊਂਸ ਕੀਤਾ ਜਾਵੇ ਤੇ ਇਹਨਾਂ ਨੂੰ ਜਿੱਥੋਂ ਮਰਜ਼ੀ ਫੜ ਕੇ ਅਸੀਂ ਲੈ ਕੇ ਆਈਏ ਜੀ ਜੀ ਭਾਈ ਸਾਹਿਬ ਇਹਦੇ ਚ ਅਸੀਂ ਹੋਰ ਵੀ ਕਈ ਸਾਰਾ ਰੋਲ ਦੇਖਦੇ ਆ ਆਲੇ ਦੁਆਲੇ ਦਾ ਤੁਹਾਡੇ ਜਿਹੜੇ ਇੱਥੋਂ ਲੋਕਲ MP ਸੀਗੇ ਜੌਨ ਸਪੈਲਰ ਤੇ ਆਪੋਜੀਸ਼ਨ ਦੇ ਲੀਡਰ ਨੇ ਵੀ ਜਿਹੜੇ ਜਿਨ੍ਹਾਂ ਦਾ ਨਾਮ ਜੈਮੀ ਕਾਰਬਨ ਹੈਗਾ ਉਹਨਾਂ ਨੇ ਵੀ ਪੋਰਚੁਗਲ ਦੇ ਪ੍ਰਾਈਮ ਮਿਨਿਸਟਰ ਨੂੰ ਪੱਤਰ ਲਿਖ ਕੇ ਇਹ ਗੱਲ ਕਹੀ ਸੀ ਕਿ ਭਾਈ ਪਰਮਜੀਤ ਸਿੰਘ ਪੰਮਾ ਨੂੰ ਜੇ ਵਾਪਸ ਭੇਜਿਆ ਜਾ ਸਕਦਾ ਤਾਂ ਉਹਨਾਂ ਨੂੰ ਵਾਪਸ ਇੰਗਲੈਂਡ ਭੇਜਿਆ ਜਾਵੇ ਤੇ ਨਾਲ ਹੀ ਸਿੱਖ ਕੌਮ ਵੱਲੋਂ ਵੀ 5 ਫਰਵਰੀ ਨੂੰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਪ੍ਰੋਟੈਸਟ ਆਰਗੇਨਾਈਜ਼ ਕੀਤੇ ਗਏ ਸੀ ਜਿੱਥੇ ਪੋਰਚੁਗਲ ਦੇ ਕੌਂਸੂਲੇਟਸ ਨੂੰ ਮੈਮੋਰੈਂਡਮ ਦਿੱਤੇ ਗਏ ਮਤਲਬ ਤੁਸੀਂ ਇਹ ਸਾਰੇ ਨੂੰ ਕੌਮ ਦੇ ਐਫਰਟ ਨੂੰ ਤੇ ਆਪਣੇ ਇੰਗਲੈਂਡ ਦੇ ਪੋਲੀਟੀਸ਼ੀਅਨਸ ਦੀਆਂ ਐਫਰਟਸ ਨੂੰ ਇਹਨੂੰ ਸਾਰੇ ਨੂੰ ਕਿਵੇਂ ਦੇਖਦੇ ਹੋਗੇ ਤੇ ਨਾਲ ਹੀ ਤੁਹਾਡਾ ਆਫਕੋਰਸ ਤੁਹਾਡੀ ਜਿਹੜੀ ਫੈਮਿਲੀ ਹੈ ਉਹਨਾਂ ਨੇ ਵੀ ਬੜਾ ਇਹਦੇ ਵਿੱਚ ਯੋਗਦਾਨ ਪਾਇਆ ਤੁਹਾਡੇ ਮਾਤਾ ਪਿਤਾ ਜਿਹੜੇ ਇੰਡੀਆ ਸੀ ਪੰਜਾਬ ਸੀ ਉਹ ਪੋਰਚੁਗਲ ਪਹੁੰਚੇ ਨਾਲ ਦੀ ਨਾਲ ਤੇ ਉਹਨਾਂ ਨੇ ਵੀ ਮੀਟਿੰਗ ਕੀਤੀ ਮੈਮੋਰੈਂਡਮ ਦਿੱਤਾ ਇਹ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਭਾਈ ਸਾਹਿਬ ਦੇਖਦਾ ਤਾਂ ਮੈਂ ਹੈਗਾ ਇੱਕ ਬੜੇ ਹਾਰਡ ਟਾਈਮ ਦੇ ਵਜੋਂ ਮੇਰੇ ਸਾਹਮਣੇ ਇਹ ਆਉਂਦਾ ਆ ਬਟ ਜਿਹੜਾ ਲੋਕਲ MPs ਦੇ ਨਾਲ ਉਹਨਾਂ ਦੇ ਨਾਲ ਮੀਟਿੰਗਸ ਲੋਬੀਜ ਕਰਨੀਆਂ ਉਹਨਾਂ ਨੂੰ ਦੱਸਣਾ ਰਿਐਲਿਟੀ ਦੇ ਨਾਲ ਉਹਨਾਂ ਨੂੰ ਜਾਣੂ ਕਰਵਾਇਆ ਜਿਹੜਾ ਜੀ ਉਹ ਇੱਥੇ ਦੇ ਜਿਹਦਾ ਸਿੱਖ ਫੈਡਰੇਸ਼ਨ UK ਨੇ ਬੜਾ ਜ਼ਬਰਦਸਤ ਰੋਲ ਅਦਾ ਕੀਤਾ ਸਿੱਖ ਕੌਂਸਲ ਤੇ ਕੇਸਰੀ ਲਹਿਰ ਨੇ ਉਹਦੇ ਚ ਬੜਾ ਜ਼ਬਰਦਸਤ ਰੋਲ ਅਦਾ ਕੀਤਾ ਜੀ ਜਿੰਨੇ ਵੀ MPs ਮੋਸਟ ਆਫ ਦਾ MPs ਉਹ ਸੀਗੇ ਜਿਹੜੇ ਇਸਲੇ ਜਿੱਦਾਂ ਲੇਬਰ ਦੀ ਗਵਰਨਮੈਂਟ ਨੀ ਹੈਗੀ ਪਰ ਜਿਹੜੇ ਮਿਸਟਰ ਕੋਰ ਵੀ ਜਿਹੜੇ ਲੇਬਰ ਓਪੋਜੀਸ਼ਨ ਲੀਡਰ ਆ ਜੀ ਉਹਨਾਂ ਨੂੰ ਸਿੱਖਾਂ ਦੇ ਨਾਲ ਬੜੀ ਜਿੱਦਾਂ ਹਮਦਰਦੀ ਆ ਸ਼ੁਰੂ ਤੋਂ ਉਹਨਾਂ ਨੂੰ ਪਤਾ ਆ ਕਿ ਜਿਹੜਾ ਹਿੰਦੁਸਤਾਨ ਆ ਉਹ ਸਿੱਖਾਂ ਦੇ ਕਾਫੀ ਖਿਲਾਫ ਆ ਜੀ ਸੋ ਇਸ ਚੀਜ਼ ਦਾ ਉਹਨਾਂ ਨੂੰ ਇਸ ਚੀਜ਼ ਦਾ ਇਲਮ ਸੀਗਾ ਤੇ ਉਹਨਾਂ ਨੇ ਮੇਰੇ ਲਈ ਚਿੱਠੀ ਲਿਖੀ ਪੋਰਚੁਗਲ ਦੇ ਪ੍ਰਾਈਮ ਮਿਨਿਸਟਰ ਨੂੰ ਕਿ ਇਹ ਬੰਦਾ ਇੱਥੇ ਰਹਿੰਦਾ ਆ ਇੰਨੇ ਸਾਲਾਂ ਤੋਂ ਇੱਥੇ ਰਹਿੰਦਾ ਆ
ਇਹਦੀ ਫੈਮਿਲੀ ਇੱਥੇ ਆ, ਬੱਚੇ ਇੱਥੇ ਆ, ਸਾਰੇ ਬ੍ਰਿਟਿਸ਼ ਆ, ਇਹ ਕੋਈ ਟੈਰਰਿਸਟ ਨਹੀਂ ਹੈਗਾ, ਇਹਨੂੰ ਵਾਪਸ ਤੁਸੀਂ ਇੱਥੇ ਇੱਥੇ ਭੇਜੋ, ਜੇ ਕੋਈ ਇਨਵੈਸਟੀਗੇਸ਼ਨ ਹੈਗੀ ਉਹ ਇੱਥੇ ਆ ਕੇ ਕਰਨ, ਇੰਡੀਆ ਵਾਲੇ ਜੀ ਇਨਵੈਸਟੀਗੇਸ਼ਨ ਕਰਨ, ਪ੍ਰੂਫ ਕਰਨ ਕਿ ਬੰਦਾ ਹੈ ਗਲਤ ਆ, ਤਾਂ ਅਸੀਂ ਬੰਦਾ ਉਹਨਾਂ ਨੂੰ ਦਈਏ, ਅਸੀਂ ਬੰਦਾ ਦਿੱਤਾ ਨੀ ਪੁੱਛਗਲ ਕਾ ਤੋਂ ਇਹਦੇ ਚ ਬੰਦਾ ਦੇਣ ਦੇ ਲਈ, ਜਿੱਦਾਂ ਲੱਗਾ ਹੋਇਆ ਬੰਦਾ ਪੜਿਆ ਹੋਇਆ ਤੁਹਾਡਾ ਐਕਸਪੀਰੀਅੰਸ ਕੀਤਾ ਆ। ਸੋ ਉਸ ਚੀਜ਼ ਦਾ ਬੜਾ ਜ਼ਬਰਦਸਤ ਪ੍ਰਭਾਵ ਪਿਆ ਸੀਗਾ। ਇਹ ਸਾਰਾ ਜਿੱਦਾਂ ਸਿੱਖ ਪੰਥ ਦੀਆਂ ਜਿਹੜੀਆਂ ਅਥਾਹ ਕੋਸ਼ਿਸ਼ਾਂ ਆ ਸਿੱਖ ਜਥੇਬੰਦੀਆਂ ਦੀਆਂ, ਉਹਦੇ ਕਰਕੇ ਸੰਭਵ ਹੋ ਸਕਿਆ, ਕਿਉਂਕਿ ਰੈਗੂਲਰ ਲੋਬੀਜ਼ ਹੋ ਰਹੀਆਂ ਸੀ, ਰੈਗੂਲਰ ਲੋਬੀਜ਼ ਹੋ ਰਹੀਆਂ ਸੀ, ਤਕਰੀਬਨ ਰੈਗੂਲਰ ਪਾਰਲੀਮੈਂਟ ਚ ਡਿਬੇਟ ਚੱਲਦੀ ਸੀ ਆਪਣਾ ਐਮ ਪੀ ਦੀ ਮੇਰੇ ਲਈ, ਤੇ ਉਹ ਉੱਥੇ ਇੱਕੋ ਹੀ ਗੱਲ ਚੱਕੀ ਜਾਂਦੀ ਸੀਗੀ ਕਿ ਤੁਸੀਂ ਜੇ ਉਹਦੇ ਖਿਲਾਫ਼ ਕੋਈ ਕੇਸ ਹੈ ਉਹਨੂੰ ਯੂਕੇ ਚ ਰਹਿ ਕੇ ਇਨਵੈਸਟੀਗੇਟ ਕਰਾਓ ਜੀ, ਤੁਸੀਂ ਉਹਨੂੰ ਪੋਰਚੁਗਲ ਗਏ ਨੂੰ ਫੜ ਲਿਆ, ਉੱਥੋਂ ਇੰਡੀਆ ਲੈ ਜਾਓ, ਉੱਥੇ ਸਾਰੀ ਜ਼ਿੰਦਗੀ ਮੁੜ ਕੇ ਜੇਲ੍ਹ ਚ ਸਿੱਟਿਆ ਰਹੇ, ਉਹਦੀ ਫੈਮਿਲੀ ਇੱਥੇ ਬੈਠੀ ਹੈ। ਦਿਸ ਇਜ਼ ਨੋਟ ਇਨ ਜਸਟਿਸ, ਦਿਸ ਇਜ਼ ਇਨਜਸਟਿਸ ਹੈ ਨਾ ਜੀ। ਸੋ ਇਸ ਚੀਜ਼ ਦਾ ਆਮ ਲੋਕਾਂ ਦੇ ਉੱਤੇ, ਯੂ ਲੋਕਾਂ ਦੇ ਉੱਤੇ, ਯੂਕੇ ਦੇ ਆਮ ਲੋਕਾਂ ਦੇ ਉੱਤੇ ਬੜਾ ਪ੍ਰਭਾਵ ਪਿਆ ਕਿ ਵਾਕਈ ਇੱਕ ਬੰਦਾ ਜਿਹੜਾ ਆਪਣੀ ਫੈਮਿਲੀ ਦੇ ਨਾਲ ਇੱਥੇ ਰਹਿੰਦਾ ਆ ਜੀ, ਸੋ ਉਹ ਬੰਦੇ ਨੂੰ ਤੁਸੀਂ ਹੋਲੀਡੇਜ਼ ਗਏ ਤੇ ਉਹਨੂੰ ਤੁਸੀਂ ਫੜ ਕੇ ਕਹੋ ਜੀ ਇਹ ਟੈਰਰਿਸਟ ਫੜ ਲਿਆ ਇੱਕ ਜੀ, ਸੋ ਉਹ ਡਾਇਜੈਸਟ ਨਹੀਂ ਸੀ ਹੋ ਰਹੀ ਇੱਥੇ ਕਿਸੇ ਨੂੰ ਗੱਲ, ਤੇ ਇਹਦੇ ਤੇ ਕੀ ਹੋਇਆ ਭਾਈ ਸਾਹਿਬ, ਪੋਰਚੁਗਲ ਦੇ ਵਿੱਚ ਨਾ ਈਯੂ ਪੋਲ ਕਰਵਾਇਆ ਗਿਆ ਮੇਰੇ ਵਾਸਤੇ ਜੀ, ਇਹ ਦਿਸ ਇਜ਼ ਦਾ ਸਿਚੁਏਸ਼ਨ ਐਂਡ ਦੈਟ ਇਜ਼ ਦਾ ਮੈਨ ਐਂਡ ਹੀ ਇਜ਼ ਬਿਹਾਈਂਡ ਦਾ ਬਾਰਸ ਐਟ ਦਾ ਮੂਮੈਂਟ ਹੈ ਨਾ ਜੀ, ਐਂਡ ਆਹ ਜਿਹੜੇ ਕੇਸਿਸ ਆ ਵਿਚ ਇਜ਼ ਅਕੋਰਡਿੰਗ ਟੂ ਇੰਡੀਆ ਜੀ, ਐਂਡ ਇਟ ਇਜ਼ ਨੋਟ ਰਜਿਸਟਰਡ ਔਨ ਮੀ, ਦੇ ਸੈਡ ਹੀ ਇਜ਼ ਇਨ ਸਸਪੈਕਟ ਜੀ, ਤੇ ਉਹਦੇ ਤੇ ਮੈਨੂੰ ਇੱਥੇ ਅਰੈਸਟ ਕਰਕੇ ਇੱਕ ਸਟੋਰੀ ਇੱਥੇ ਬਣਾਈ ਗਈ ਸੋਰੀ, ਕਿ ਇਸ ਅਕੋਰਡਿੰਗ ਟੂ ਦੀਸ ਚਾਰਜਿਸ ਹੀ ਬੀਨ ਅਰੈਸਟਡ ਇਨ ਪੋਰਚੁਗਲ ਜੀ। ਸੋ ਤੁਸੀਂ ਪੋਲ ਕਰੋ ਕਿ ਇਹ ਬੰਦਾ ਇੰਡੀਆ ਜਾਣਾ ਚਾਹੀਦਾ ਕਿ ਇੱਥੇ ਰਹਿਣਾ ਚਾਹੀਦਾ, 92% 92.8% ਬੰਦਿਆਂ ਨੇ ਜਿੱਦਾਂ ਮੇਰੇ ਹੱਕ ਚ ਵੋਟ ਕੀਤਾ, ਇਹ ਪੋਰਚੁਗਲ ਦੇ ਵਿੱਚ ਲੋਕਲੀ ਕੀਤਾ ਸੀ। ਹਾਂਜੀ, ਈਯੂ ਪੋਲ ਸੀਗਾ ਭਾਜੀ, ਯੂਰਪ ਕਮਿਊਨਿਟੀ ਦਾ ਪੋਲ ਸੀਗਾ ਜੀ, ਇਹ ਸਾਰੇ ਯੂਰਪ ਨੇ ਵੋਟ ਕੀਤਾ ਸੀ ਇਹਦੇ ਚ ਜੀ, ਤੇ 92.8% ਬੰਦਿਆਂ ਨੇ ਜਿਹੜਾ ਆਪਣੇ ਹੱਕ ਚ ਵੋਟ ਕੀਤਾ ਕਿ ਜਿਹੜਾ ਸਿਸਟਮ ਹੈਗਾ ਇੰਡੀਅਨ ਸਿਸਟਮ ਇਜ਼ ਇਨ ਕਰਪਟ ਸਿਸਟਮ, ਐਂਡ ਜਿਹੜਾ ਤੁਸੀਂ ਇਹਨੂੰ ਇੱਥੇ ਫੜਿਆ ਆ, ਦਿਸ ਇਜ਼ ਇਨਲੀਗਲ ਡਿਟੈਂਸ਼ਨ ਹੈ ਨਾ ਜੀ, ਸੋ ਇਹਨੂੰ ਛੱਡਣਾ ਚਾਹੀਦਾ ਤੇ ਇਹਨੂੰ ਆਪਣੇ ਪਰਿਵਾਰ ਚ ਭੇਜਣਾ ਚਾਹੀਦਾ ਹੈ, ਕਿਉਂਕਿ ਯੂਕੇ ਤੋਂ ਆਇਆ, ਕਿਹੜਾ ਵਾਂਟਿਡ ਆ ਕਿਤੇ ਜੀ, ਇਹ ਤਾਂ ਕੰਟਰੀ ਦੇ ਵਿੱਚ ਰਹਿ ਰਿਹਾ, ਸੋ ਉਹ ਕੰਟਰੀ ਦੇ ਵਿੱਚ ਰਹਿ ਕੇ ਜੇ ਕੋਈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤਾਂ ਉਹ ਕੰਟਰੀ ਇਨਵੈਸਟੀਗੇਸ਼ਨ ਕਰੇ, ਜਾਂ ਤੁਸੀਂ ਉਸ ਕੰਟਰੀ ਜਾ ਕੇ ਇਨਵੈਸਟੀਗੇਸ਼ਨ ਕਰੋ ਨਾ ਜੀ। ਤੁਸੀਂ ਇੱਕ ਕੰਟਰੀ ਚ ਬੰਦਾ ਹੋਲੀਡੇ ਮਨਾਉਣ ਜਾਂਦਾ, ਤੁਸੀਂ ਉੱਥੇ ਫੜ ਲੈਂਦੇ ਆ ਉਹਨੂੰ ਕਿ ਜੀ ਟੈਰਰਿਸਟ ਫੜ ਲਿਆ, ਟੈਰਰਿਸਟ ਫੜ ਲਿਆ, ਬੜਾ ਰੌਲਾ ਬਾਪਦਾ। ਸੋ ਇਹ ਜਿਹੜਾ ਈਯੂ ਪੋਲ ਸਾਡੇ ਹੱਕ ਚ ਹੋ ਗਿਆ, ਉੱਥੇ ਦੇ ਜਿਹੜੇ ਐਮ ਪੀਜ਼, ਪੋਰਚੁਗਲ ਦੇ ਐਮ ਈ ਪੀ ਸੀ ਜਿਹੜੇ ਯੂਰਪੀਅਨ ਪਾਰਲੀਮੈਂਟ ਮੈਂਬਰ ਸੀਗੇ ਜਿਹੜੇ, ਉਹ ਵੀ ਸਾਡੇ ਜਿੱਦਾਂ ਉਹਨਾਂ ਨੂੰ ਜਿੱਦਾਂ ਹੌਲੀ ਹੌਲੀ ਭਾਈ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੇ ਜਿੱਦਾਂ ਲੋਬੀਜ਼ ਕਰਕੇ ਉਹਨਾਂ ਨੂੰ ਕਨਵਿੰਸ ਕੀਤਾ, ਦੱਸਿਆ ਅਸੀਂ ਕੌਣ ਲੋਕ ਆ ਤੇ ਸਾਡੇ ਨਾਲ ਕਿੱਦਾਂ ਜ਼ੁਲਮ ਹੋ ਰਿਹਾ, ਹੌਲੀ ਹੌਲੀ ਕਰਕੇ ਜਿਹੜਾ ਪਾਸਾ ਇੰਡੀਆ ਵਾਲੇ ਕਹਿੰਦੇ ਸੀ ਅਸੀਂ ਜਾਵਾਂਗੇ ਤੇ ਪਰਮਜੀਤ ਸਿੰਘ ਨੂੰ ਇੱਦਾਂ ਫੜ ਕੇ ਲੈ ਆਵਾਂਗੇ, ਉਹ ਜਿਹੜਾ ਪਾਸਾ ਹੈ ਉਹ ਆਪਣੇ ਆਪ ਨੂੰ ਦੁਨੀਆ ਦੀ ਤੀਜੀ ਚੌਥੀ ਵੱਡੀ ਤਾਕਤ ਕਹਿਣ ਵਾਲਾ ਬੰਦਾ ਜਿਹੜਾ ਦੇਸ਼ ਆ, ਉਹ ਮੁੜ ਕੇ ਹੱਥ ਮਲਦਾ ਰਹਿ ਗਿਆ, ਕਿਉਂਕਿ ਇੱਥੇ ਜਿਹੜਾ ਅਸੀਂ ਲੀਗਲੀ ਫਾਈਟ ਕੀਤਾ, ਲੀਗਲੀ ਅਸੀਂ ਦੱਸਿਆ ਕਿ ਸਹੀ ਕੀ ਹੈ ਤੇ ਗਲਤ ਕੀ ਹੈ, ਉਹ ਇਹ ਜਿਹੜੇ ਲੋਕ ਆ, ਇਹ ਜਿਹੜੇ ਦੇਸ਼ ਆ, ਇਹ ਐਟਲੀਸਟ ਤੁਹਾਨੂੰ ਚਾਂਸ ਦਿੰਦੇ ਆ ਕਿ ਤੁਸੀਂ ਆਪਣਾ ਪੱਖ ਰੱਖੋ, ਲੀਗਲ ਪੱਖ ਰੱਖੋ, ਉਹਦੇ ਚ ਤੁਸੀਂ ਪ੍ਰੂਵ ਕਰੋ। ਇੰਡੀਆ ਕੋਲ ਉੱਥੇ ਕੋਈ ਸਬੂਤ ਨੀ ਸੀ, ਕੋਈ ਐਵੀਡੈਂਸ ਨੀ ਸੀ, ਉਹ ਇੱਕ ਹਜ਼ਾਰ ਹਜ਼ਾਰ ਪੇਜ ਕਹਿੰਦੇ ਅਸੀਂ ਜੀ ਲੈ ਕੇ ਆਏ ਹਾਂ ਇਹ ਪਰਮਜੀਤ ਸਿੰਘ ਦੇ ਖਿਲਾਫ਼, 1000 ਪੇਜ ਦੇ ਖਿਲਾਫ਼ ਤਾਂ ਗੁਰਪ੍ਰਤਾਪ ਸਿੰਘ ਪੰਨੂ ਕਹਿੰਦੇ ਅਸੀਂ ਤਾਂ 5000 ਪੇਜ ਲਾ ਦਿੰਦੇ ਹਾਂ, ਤਾਂ ਮਤਲਬ ਇਹ ਥੋੜੀ ਤੁਹਾਡੇ ਇਹ ਬੰਦਾ, ਜੇ ਤੁਸੀਂ 1000 ਪੇਜ ਲਾਤਾ ਬੰਦਾ ਗੁਣਾਗਾਰ ਹੋ ਗਿਆ, ਅਸੀਂ 5000 ਪੇਜ ਲਾਤਾ ਬੰਦਾ ਨਹੀਂ ਗੁਣਾਗਾਰ ਹੈਗਾ ਜੀ। ਇੱਥੇ ਤਾਂ ਗੱਲ ਐਵੀਡੈਂਸ ਤੇ ਹੋਣੀ ਆ, ਉਹਨਾਂ ਕੋਲ ਐਵੀਡੈਂਸ ਕੋਈ ਨੀ ਸੀ, ਉਹ ਫਿਰ ਕੇਸ ਜਿਹੜਾ ਮਿਨਿਸਟਰ ਆਫ ਜਸਟਿਸ ਦੇ ਕੋਲ ਚਲੇ ਗਿਆ ਕਿ ਤੁਸੀਂ ਇਹਨੂੰ ਦੱਸੋ ਕਿ ਇਸ ਕੇਸ ਦੇ ਵਿੱਚ ਕੋਈ ਐਵੀਡੈਂਸ ਹੈਗਾ ਨਹੀਂ ਹੈਗਾ। ਮਿਨਿਸਟਰ ਆਫ ਜਸਟਿਸ ਨੇ ਦੇਖਿਆ ਕਿ ਦਿਸ ਇਜ਼ ਅ ਟੋਟਲੀ ਇਨਲੀਗਲ ਕੇਸ ਹੈ ਨਾ ਜੀ, ਸੋ ਉਹਨਾਂ ਨੇ ਡਿਸਾਈਡ ਕੀਤਾ ਕਿ ਇਸ ਕੇਸ ਦੇ ਵਿੱਚ ਤਾਂ ਕੋਈ ਐਵੀਡੈਂਸ ਹੀ ਹੈ ਨੀ, ਤੁਸੀਂ ਬੰਦੇ ਨੂੰ ਲੈ ਕੇ ਜਾ ਰਹੇ ਹੋ ਕਿ ਅਸੀਂ ਇੰਡੀਆ ਲੈ ਕੇ ਜਾਣਾ ਆ, ਕਿਸ ਬਿਹਾਫ ਤੇ ਲੈ ਕੇ ਜਾਣਾ ਆ, ਸੈਕਿੰਡਲੀ ਕੋਈ ਲੋ ਹੀ ਨੀ ਸੀਗਾ ਜਿਹਦੇ ਉਹ ਕਹਿਣ ਅਕੋਰਡਿੰਗ ਟੂ ਦਿਸ ਲੋ ਅਸੀਂ ਤੈਨੂੰ ਐਕਸਟ੍ਰੈਡ ਕਰ ਦਈਏ ਜੀ। ਸੋ ਉਸ ਤੋਂ ਬਾਅਦ ਜਿਹੜੀ ਸਿੱਖ ਕੌਮ ਦੀ ਜਿਹੜੀ ਲੀਗਲ ਜਿਹੜੀ ਲੜਾਈ ਆ, ਉਹ ਭਾਈ ਗੁਰਪਤਵੰਤ ਸਿੰਘ ਪੰਨੂ ਤੇ ਬਾਕੀ ਸਿੱਖ ਆਰਗੇਨਾਈਜੇਸ਼ਨਾਂ ਨੇ ਲੜੀ, ਤੇ
ਬਾਕੀ ਦੇਸ਼ਾਂ ਦੇ ਵਿੱਚ ਪੁਰਤਗਾਲ ਦੀ ਅੰਬੈਸੀ ਦੇ ਬਾਹਰ ਮੁਜ਼ਾਹਰੇ ਹੋਏ, ਆਪਣਾ ਮੈਮੋਰੈਂਡਮ ਦਿੱਤੇ ਗਏ, ਨੋਟ ਮੁਜ਼ਾਹਰੇ ਨਹੀਂ ਕੀਤੇ, ਖੈਰ ਅਸੀਂ ਅਸੀਂ ਮੈਮੋਰੈਂਡਮ ਦਿੱਤੇ, ਆਪਣੀ ਗੱਲ ਦੱਸੀ ਉਹਨਾਂ ਦੇ ਅੰਬੈਸਡਰ ਤੱਕ, ਆਪਣੀ ਗੱਲ ਪਹੁੰਚਾਈ 5 ਫਰਵਰੀ ਨੂੰ, ਤੇ ਉਸਦਾ ਨਤੀਜਾ ਇਹ ਹੋਇਆ ਕਿ ਜਸਟਿਸ ਆਫ ਮਿਨਿਸਟਰ ਜਿਹੜੀ ਪੁੱਛਗਿੱਛ ਆ ਉਹਨਾਂ ਦੇ ਉੱਪਰ ਇਸ ਚੀਜ਼ ਦਾ ਪ੍ਰਭਾਵ ਪੈ ਗਿਆ ਪ੍ਰੋਪਰ ਪੂਰੀ ਤਰ੍ਹਾਂ ਕਿ ਵਾਕਈ ਜਿਸ ਬੰਦੇ ਦੇ ਪਿੱਛੇ ਇੰਨੇ ਸਿੱਖ ਖੜੀ ਆ, ਕੌਮ ਖੜੀ ਆ ਪਿੱਛੇ ਕਿਸੇ ਬੰਦੇ ਦੇ ਪਿੱਛੇ, ਉਹਦੇ ਪਿੱਛੇ ਕੋਈ ਨਾ ਕੋਈ ਗੱਲ ਤਾਂ ਹੋਊਗੀ ਕਿ ਜਿਹੜੀ ਇੰਡੀਅਨ ਅਥਾਰਟੀਜ਼ ਜਿਹੜੀਆਂ ਚਾਹੁੰਦੀਆਂ ਹੋਣ ਕਿ ਬੰਦਾ ਆਪਣਾ ਮੂੰਹ ਬੰਦ ਕਰਕੇ ਬੈਠਾ ਰਹੇ ਜਿੱਥੇ ਹੈਗਾ, ਅਦਰਵਾਈਜ਼ ਇਹਨੂੰ ਚੱਕ ਕੇ ਇੰਡੀਆ ਲਿਜਾ ਕੇ ਜੇਲ੍ਹ ਛੱਡ ਦਿੱਤਾ ਜਾਵੇ। ਸੋ ਇਹ ਉਹਨਾਂ ਨੇ ਕੌਨਸਪਿਰੇਸੀ ਸਮੈਲ ਕਰ ਲਈ ਸੀਗੀ। ਉਹ ਤੋਂ ਬਾਅਦ ਫਿਰ 12 ਤਰੀਕ ਨੂੰ ਜਿਹੜਾ ਨਤੀਜਾ, ਜਿਹੜਾ 5 ਤਰੀਕ ਦੀ ਮੁਜ਼ਾਹਰਿਆਂ ਦਾ ਜਿਹੜਾ ਸੋਰੀ ਮੈਮੋਰੈਂਡਮ ਦੇਣ ਦਾ ਜਿਹੜਾ ਹੋਇਆ ਆ, ਉਹਦਾ ਨਤੀਜਾ ਜਿਹੜਾ ਉਹ ਮਹਾਰਾਜ ਦੀ ਕਿਰਪਾ ਨਾਲ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਜਿੱਤ ਹੋਈ, ਤੇ ਆਪ ਜੀ ਦੇ ਭਰਾ ਭਾਈ ਪਰਮਜੀਤ ਸਿੰਘ ਨੂੰ ਇੱਥੇ ਤੁਹਾਡੇ ਰੂਬਰੂ ਕਰਤਾ ਪੰਥ ਨੇ ਜੀ। ਭਾਈ ਸਾਹਿਬ, ਇਸੇ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਤੁਹਾਡੇ ਤੇ ਜਿਹੜਾ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਸੀ ਉਹ ਪਹਿਲਾਂ ਹੀ ਜਾਰੀ ਕੀਤਾ ਹੋਇਆ ਸੀ, ਜਦੋਂ ਕਿ ਤੁਸੀਂ ਆਲਰੇਡੀ ਇੰਗਲੈਂਡ ਦੇ ਵਿੱਚ ਮੌਜੂਦ ਸੀ, ਮਤਲਬ ਤੁਸੀਂ ਇੰਗਲੈਂਡ ਤੋਂ ਫਲਾਈ ਕਰਕੇ ਪੋਰਚੁਗਲ ਆਉਂਦੇ ਹੋ, ਤੁਹਾਨੂੰ ਇੰਗਲੈਂਡ 'ਚ ਨਹੀਂ ਗ੍ਰਿਫਤਾਰ ਕੀਤਾ ਜਾਂਦਾ, ਜਿਹੜੀ ਤੁਹਾਡੀ ਗ੍ਰਿਫਤਾਰੀ ਹੁੰਦੀ ਹੈ ਉਹ ਪੋਰਚੁਗਲ 'ਚ ਹੁੰਦੀ ਹੈ। ਮਤਲਬ ਕੀ ਇਹਨੂੰ ਐਵੇਂ ਵੀ ਦੇਖਿਆ ਜਾ ਸਕਦਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਇੰਗਲੈਂਡ ਦਾ ਵੀ ਕੋਈ ਰੋਲ ਸੀ, ਜਾਂ ਜਸਟ ਇਹ ਮਤਲਬ ਜਿਹੜਾ ਕਿ ਤੁਹਾਨੂੰ ਉੱਥੋਂ ਇੰਗਲੈਂਡ ਨਹੀਂ ਗ੍ਰਿਫਤਾਰ ਕੀਤਾ ਕਿ ਉੱਥੋਂ ਤੁਹਾਨੂੰ ਪੋਰਚੁਗਲ ਜਾਣ ਦਿੱਤਾ ਗਿਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਭਾਜੀ, ਇਹਦੇ 'ਚ ਦੇਖੋ ਮੈਨੂੰ ਲੱਗਦਾ ਆ ਦੇਰ ਇਜ਼ ਸਮਥਿੰਗ ਰੋਂਗ ਬਾਏ ਦਾ ਇੰਗਲੈਂਡ ਐਸ ਯੂਕੇ ਐਸ ਵੈਲ ਜੀ, ਬਟ ਇਸ ਬਾਰੇ ਮੈਂ ਤੁਹਾਨੂੰ ਇਟ ਇਜ਼ ਟੂ ਅਰਲੀ ਟੂ ਸੇ ਐਨੀਥਿੰਗ ਬੇਸਿਕਲੀ। ਸੋ ਮੈਂ ਇਸ ਬਾਰੇ ਆਪਣੇ ਜਿਹੜੇ ਐਮ ਪੀਜ਼ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ, ਮੈਂ ਉਹਨਾਂ ਨੂੰ ਕਹੂੰਗਾ ਕਿ ਇਸ ਮੈਟਰ ਦੀ ਇਨਵੈਸਟੀਗੇਸ਼ਨ ਕਰਾਈ ਜਾਵੇ ਜੀ, ਕਿ ਮੇਰੇ ਨਾਲ ਇਹ ਕਿੱਦਾਂ ਹੋਇਆ, ਕਿਉਂਕਿ ਅਸੀਂ ਜਿਹੜਾ ਵੀ ਕੋਈ ਕੰਮ ਕਰਦੇ ਹਾਂ, ਕੋਈ ਕੋਸ਼ਿਸ਼ ਇਹ ਕਰਦੇ ਹਾਂ, ਕੋਸ਼ਿਸ਼ ਨਹੀਂ ਕਰਦੇ, ਅਸੀਂ ਕਰਦੇ ਹੀ ਇਹ ਹਾਂ ਕਿ ਇਹ ਲੀਗਲੀ ਤੌਰ ਤੇ ਹੋਇਆ ਕੀਤਾ ਜਾਵੇ ਜੀ। ਸੋ ਅਸੀਂ ਆਪਣੇ ਐਮ ਪੀਜ਼ ਨੂੰ ਕੋਸ਼ਿਸ਼ ਕਰਾਂਗੇ, ਦੱਸਾਂਗੇ ਕਿ ਤੁਸੀਂ ਭਾਈ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰਾਓ ਕਿ ਮੇਰੇ ਨਾਲ ਕਿੱਦਾਂ ਹੋਇਆ ਜੀ, ਇਹਦਾ ਰੀਜ਼ਨ ਕੀ ਆ, ਕਿਉਂਕਿ ਮੈਂ ਤਾਂ ਤੁਹਾਡੀ ਕੰਟਰੀ 'ਚ ਰਹਿੰਦਾ, ਤੁਹਾਡੀ ਕੰਟਰੀ 'ਚੋਂ ਫਲਾਈ ਕੀਤਾ ਆ ਜੀ। ਸੋ ਹਲੇ ਕੱਲ ਸਾਡੀ 2 ਵਜੇ ਮਿਸਟਰ ਜੌਨ ਸਪੈਲਰ ਦੇ ਨਾਲ ਮੀਟਿੰਗ ਆ ਜੀ, ਸੋ ਉੱਥੇ ਅਸੀਂ ਇਹ ਵੋਇਸ ਆਪਣਾ ਕੁਐਸਚਨ ਰੇਜ਼ ਕਰਾਂਗੇ ਕਿ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰਾਈ ਜਾਵੇ ਕਿ ਇਹ ਕਾਹਤੋਂ ਹੋਇਆ, ਕੀ ਗੱਲਬਾਤ ਆ। ਤੁਸੀਂ ਪਹਿਲਾਂ ਆ ਕੇ ਆਪਣੀ ਲੀਗਲ ਟੀਮ ਨੂੰ ਮਿਲਦੇ ਹੋ ਤੇ ਫੇਰ ਵਾਪਸ ਆ ਕੇ ਆਪਣੀ ਫੈਮਿਲੀ ਨੂੰ ਮਿਲਦੇ ਹੋ, ਹਾਓ ਦੈਟ ਫੈਲਟ, ਉਹ ਤੁਸੀਂ ਕਿੱਦਾਂ ਦਾ ਮਹਿਸੂਸ ਕੀਤਾ ਮਤਲਬ ਉੱਥੋਂ ਪੋਰਚੁਗਲ ਤੋਂ ਵਾਪਸ ਇੰਗਲੈਂਡ ਪਹੁੰਚ ਕੇ? ਭਾਜੀ, ਆਈ ਹੈਵ ਗਟਨ 4 ਕਿਡਸ ਬੇਸਿਕਲੀ। ਸੋ ਮੇਰੇ 4 ਨਿਆਣੇ ਸੀ, ਬੱਚੇ ਬੜੇ ਛੋਟੇ ਛੋਟੇ ਸੀਗੇ, ਵੀਰ ਸਾਡਾ ਜੇਲ੍ਹ ਚ ਬੈਠਾ ਸੀ, ਤੇ ਕੋਈ ਮੈਨੂੰ ਕੋਈ ਏਦਾਂ ਨਹੀਂ ਸੀਗਾ ਕਿ ਮੈਂ ਪਤਾ ਨੀ ਇੰਡੀਆ ਮੈਨੂੰ ਲੈ ਜਾਣਗੇ ਇਹ, ਮੈਨੂੰ ਆਹ ਕਰ ਦੇਣਗੇ ਉਹ ਕਰ ਦੇਣਗੇ, ਮੈਨੂੰ ਮੈਂ ਬੜਾ ਕੌਨਫੀਡੈਂਟ ਸੀਗਾ ਕਿਉਂਕਿ ਮੇਰੀ ਲੜਾਈ ਨਾ ਕੌਮ ਇਕੱਠੀ ਹੋ ਕੇ ਲੜ ਰਹੀ ਸੀ ਜੀ, ਮੈਂ ਆਈ ਵਾਜ਼ ਵੈਰੀ 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 ਮੱਚ ਕੌਨਫੀਡੈਂਟ ਕਿ ਜਦੋਂ ਕੌਮ ਇਕੱਠੀ ਹੋ ਕੇ ਲੜਾਈ ਲੜਦੀ ਹੈ ਨਾ ਜੀ, ਉਹ ਲੜਾਈ ਜਿੱਤੀ ਜਾਂਦੀ ਹੈ, ਕਿਉਂਕਿ ਆਪਾਂ ਸੱਚਾਈ ਦੀ ਸੱਚ ਦੀ ਲੜਾਈ ਲੜ ਰਹੇ ਸੀ ਜੀ। ਉਹਦੇ ਚ ਕੁਛ ਹੋ ਵੀ ਜਾਂਦਾ ਤਾਂ ਮੈਨੂੰ ਕੋਈ ਕੋਈ ਬਹੁਤਾ ਗਿਲਾ ਨਹੀਂ ਸੀਗਾ, ਪਰ ਜਰੂਰ ਯਸ, ਮੇਰੇ ਬੱਚੇ ਬਹੁਤ ਛੋਟੇ ਛੋਟੇ ਸੀ, ਮੈਨੂੰ ਇਹ ਪਤਾ ਸੀਗਾ ਕਿ ਮੇਰੇ ਬੱਚੇ ਬਹੁਤ ਛੋਟੇ ਆ ਤਾਂ ਕੀ ਬਣੂਗਾ ਉਹ, ਮੈਨੂੰ ਯਾਦ ਕਰਨਗੇ ਜੇ ਇਨਕੇਸ ਕੋਈ ਭਾਣਾ ਵਾਪਰ ਗਿਆ ਜੀ। ਇਹ ਸਿਰਫ 1% ਸੀਗਾ ਜਿਹੜਾ ਮੇਰੇ ਦਿਮਾਗ ਚ ਸੀਗਾ, ਪਰ 99% ਮੈਨੂੰ ਇਹ ਸੀਗਾ ਕਿ ਕੌਮ ਦੀ ਲੜਾਈ ਆ, ਕੌਮ ਲੜ ਰਹੀ ਆ ਔਰ ਬੜੀ ਜ਼ਬਰਦਸਤ ਤਰੀਕੇ ਨਾਲ ਦੁਨੀਆਂ 'ਚ ਲੜਾਈ ਲੜੀ ਜਾ ਰਹੀ ਆ, ਤਾਂ ਮੈਂ ਇਟਸ ਅ ਮੈਟਰ ਆਫ ਟਾਈਮ, ਬਟ ਮੈਂ ਆਪਣੀ ਫੈਮਿਲੀ ਦੇ ਕੋਲ ਹੀ ਜਾਊਂਗਾ ਜਦੋਂ ਵੀ ਜਾਊਂਗਾ ਜੀ। ਸੋ ਜਦੋਂ ਮੈਨੂੰ ਰਿਲੀਜ਼ ਦੇ ਆਰਡਰ ਮਿਲੇ ਤੇ ਆਈ ਵਾਸ ਵੈਰੀ ਹੈਪੀ, ਮੈਂ ਬਹੁਤ ਖੁਸ਼ ਸੀਗਾ ਜੀ। ਬਾਹਰ ਮੇਰੀ ਲੀਗਲ ਟੀਮ, ਭਾਈ ਅਮਰਜੀਤ ਸਿੰਘ ਪੱਚੂ, ਭਾਈ ਗੁਰਪਤਵੰਤ ਸਿੰਘ ਪੰਨੂ, ਮੇਰਾ ਦੋਸਤ ਭਾਈ ਜਸਵਿੰਦਰ ਸਿੰਘ ਜੱਸਾ ਤੇ ਹੋਰ ਸਿੱਖ ਸੰਗਤਾਂ ਮੇਰੀ ਉੱਥੇ ਵੇਟ ਕਰ ਰਹੀਆਂ ਸੀ ਜੀ। ਤੇ ਜਦੋਂ ਮੇਰੇ ਅੰਦਰ ਆਰਡਰ ਆਇਆ ਕਿ ਤੈਨੂੰ ਤੇਰੇ ਤੇ ਕੋਈ ਕੇਸ ਬਣਦਾ ਨੀ ਗਾ, ਯੂ ਆਰ ਫ੍ਰੀ ਵਿਦਆਊਟ ਆਫ ਐਨੀ ਚਾਰਜ ਜੀ, ਸੋ ਤੂੰ ਅੱਜ ਬਾਹਰ ਚਲੇ ਜਾਣਾ ਆ, ਉਹ ਕਾਫੀ ਭਾਵੁਕ ਸਮਾਂ ਸੀਗਾ ਮੇਰੇ ਵਾਸਤੇ, ਕਿਉਂਕਿ ਮੇਰੇ ਬੱਚੇ ਉੱਥੇ ਪੋਰਚੁਗਲ ਆਏ ਹੋਏ ਸੀ ਉਦੋਂ, ਤੇ 1 ਦਿਨ ਪਹਿਲਾਂ ਹੀ ਹਲੇ ਮੈਨੂੰ ਮਿਲ ਕੇ ਗਏ ਸੀ, ਨੈਕਸਟ ਡੇ ਉਹਨਾਂ ਨੇ ਫਿਰ ਮੈਨੂੰ ਮਿਲਣ ਆਉਣਾ ਸੀ।
जी सो मैं बाहर निकलिया जेल चो अगे लीगल टीम अपना खड़े सी उन्होंने जफिया पाईया ते महाराज सच्चे पातशाह दे अगे अरदास कीती ते बोले सोनी हाल सत श्री अकाल दे जकारे के जाए जी ते अरदास नू बिठा के पहला तो परिवार दे नाल मिलाउण दे लई मीडिए च लैके गए उत्थे मेरा परिवार हाजिर सी उत्थे बच्चिया नाल मैं मिलिया ते ओ मेरी जिंदगी दे बड़े भावुक पल सीगे मैं जदों भी याद करदा तां मैनूं मेरी अखां नम हो जांदियां और मैनूं याद आउंदा है कि जिहड़े साडे वीर भाई जिहड़े हिंदुस्तान दीआं जेलां दे विच जिहड़े साडे सिंघ इन्हां ने बंद कीते हो कई कई सालां तों उन्हां दे परिवार रुल गए उन्हां दी लीगल बैटल सानूं नहीं लड़न दित्ती जांदी जी सो मैनूं बड़ा फील हो रिहा सीगा कि चलो मैं तां इत्थे सीगा मैं बच गया मेरे ते कोई तशद्दुद वी नहीं होया ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਇਹ ਤਸ਼ੱਦਦ ਕਰ ਕਰਕੇ ਪਹਿਲਾਂ ਤਾਂ ਅੱਧਾ ਮਾਰ ਦਿੰਦੇ ਆ ਤੇ ਪੰਜ ਸੱਤ ਸਾਲ ਜੇਲ੍ਹ ਚ ਰੱਖਦੇ ਆ ਜੇ ਕੋਈ ਕੇਸ ਵੀ ਨਹੀਂ ਹੁੰਦਾ ਤਾਂ ਵੀ ਪੰਜ ਸੱਤ ਸਾਲ ਰੱਖ ਕੇ ਛੱਡ ਦਿੰਦੇ ਆ ਕਿ ਸੋਰੀ ਕੋਈ ਕੇਸ ਸੋਰੀ ਵੀ ਨੀ ਕਹਿੰਦੇ ਚਲੋ ਸੋਰੀ ਵੀ ਕਹਿ ਦੇਵੇ ਤਾਂ ਵੀ ਕੋਈ ਪੰਜ ਸੱਤ ਸਾਲ ਜੇਲ੍ਹ ਚ ਰੱਖ ਕੇ ਚੱਲ ਲੱਤ ਮਾਰ ਕੇ ਕੱਢ ਦਿੰਦੇ ਆ ਜਦ ਨੂੰ ਬੰਦੇ ਦੀ ਲਾਈਫ ਖਰਾਬ ਹੋ ਜਾਂਦੀ ਆ ਜਿਹੜੇ ਬੰਦੇ ਵਿਆਹੇ ਵਰੇ ਆ ਜਿਹੜੇ ਫੈਮਿਲੀ ਵਾਲੇ ਉਹਨਾਂ ਦੀ ਫੈਮਿਲੀਆਂ ਸਪੋਇਲ ਹੋ ਜਾਂਦੀਆਂ ਹਨਾ ਜੀ ਭਾਈ ਸਾਹਿਬ ਇਹਨੂੰ ਤੁਸੀਂ ਅੱਗੇ ਲੈ ਕੇ ਜਾਣ ਬਾਰੇ ਕਿਵੇਂ ਦੇਖਦੇ ਹੋ ਐਟਲੀਸਟ ਇੰਡੀਆ ਨਹੀਂ ਸੀ ਇਹਨੂੰ ਅੱਗੇ ਲੈ ਕੇ ਜਾਣ ਬਾਰੇ ਕਿਵੇਂ ਦੇਖਦੇ ਹੋ ਜਿਹੜੀ ਸਟਰਗਲ ਹੈਗੀ ਹੈ ਤੇ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਤੁਸੀਂ ਹੁਣ ਕੋਈ ਇਹਨੂੰ ਲੀਗਲੀ ਅੱਗੇ ਫਾਈਟ ਕਰਨ ਦਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿੱਥੇ ਖੜੇ ਆਪਣੇ ਆਪ ਨੂੰ ਕਿਸ ਸਿਚੁਏਸ਼ਨ ਦੇ ਵਿੱਚ ਖੜਾ ਦੇਖਦੇ ਹੋ ਭਾਜੀ ਮੇਰੀ ਜਿਹੜੀ ਸਿਚੁਏਸ਼ਨ ਆ ਉਹ ਜਿਹੜਾ ਟਾਈਮ ਮੈਂ ਕੱਟ ਕੇ ਆਇਆ ਨਾ ਉਸ ਟਾਈਮ ਨੇ ਮੇਰੀ ਸਿਚੁਏਸ਼ਨ ਨੂੰ 100 ਟਾਈਮਸ ਮੋਰ ਐਕਟਿਵ ਕਰਤਾ ਜੀ ਆਈ ਵਾਸ ਐਨ ਐਕਟਿਵ ਬਿਫੋਰ ਐਸ ਵੈਲ ਬਟ ਹੁਣ ਤਾਂ ਮੈਨੂੰ ਇਹ ਹੁੰਦਾ ਕਿ ਅੱਗੇ ਮੈਂ ਜਦੋਂ ਕਿਤੇ ਮੁਜ਼ਾਹਰਾ ਹੋਣਾ ਤਾਂ ਕਿਤੇ ਜਾਣਾ ਜਾਂ ਕਿਤੇ ਕੋਈ ਹੋਰ ਰੈਲੀ ਹੋਣੀ ਉੱਥੇ ਜਾਣਾ ਜਾਂ ਡੈਮੋਸਟ੍ਰੇਸ਼ਨ ਹੈਗੀ ਆ 1984 ਦੀ ਉੱਥੇ ਜਾਣਾ ਜਾਂ ਥੋੜਾ ਬਹੁਤਾ ਕਿਸੇ ਪਰਿਵਾਰ ਦੇ ਮੈਸੇਜ ਆਉਣਾ ਉਹਨਾਂ ਦੀ ਸੇਵਾ ਕਰਨੀ ਹੁਣ ਤਾਂ ਮੈਂ ਫੀਲ ਕਰਦਾ ਕਿ ਮੈਂ 24 ਘੰਟੇ ਸਿਰਫ ਤੇ ਸਿਰਫ ਇਹੀ ਕੰਮ ਕਰਾਂ ਕਿ ਮੈਂ ਐਕਟਿਵ ਰਹਾਂ ਔਰ ਆਪਣੀ ਕੌਮ ਦੇ ਲਈ ਲੜਾਈ ਲੜਦਾ ਰਹਾਂ ਔਰ ਮੈਂ ਇਹ ਵਾਅਦਾ ਕਰਦਾ ਆ ਕਿ ਮੈਂ ਜਦੋਂ ਤੱਕ ਜ਼ਿੰਦਾ ਆ ਮੇਰੇ ਸਰੀਰ ਚ ਜਦੋਂ ਤੱਕ ਸਵਾਸ ਹੈਗੇ ਆ ਮੈਂ ਆਪਣੇ ਪੰਥ ਦੀ ਆਪਣੇ ਗੁਰੂ ਗ੍ਰੰਥ ਦੀ ਸੇਵਾ ਕਰਦਾ ਰਹੂੰਗਾ ਜੀ ਭਾਈ ਸਾਹਿਬ ਅੰਤ ਦੇ ਵਿੱਚ ਸਾਡਾ ਸਮਾਂ ਵੀ ਹੁਣ ਸਮਾਪਤੀ ਵੱਲ ਜਾ ਰਿਹਾ ਤੇ ਮੈਂ ਤੁਹਾਡੇ ਕੋਲੋਂ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜੀ ਹਾਂ ਮੈਂ TV 84 ਸੁਣ ਰਹੇ ਸਾਰੇ ਸਮੂਹ ਦਰਸ਼ਕਾਂ ਨੂੰ ਇੱਕੋ ਹੀ ਮੇਰਾ ਸਿਰਫ ਇੱਕੋ ਹੀ ਮੈਸੇਜ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਤਕੜੇ ਹੋ ਕੇ ਇਕੱਠੇ ਹੋ ਕੇ ਪੰਥ ਦੀ ਲੜਾਈ ਲੜੀਏ ਆਪਣੀ ਆਜ਼ਾਦੀ ਦੀ ਲੜਾਈ ਲੜੀਏ ਉਹ ਲੀਗਲ ਬੈਟਲ ਜਿਹੜਾ 2020 ਰੈਫਰੈਂਡਮ ਆਪਾਂ ਕਰਾਇਆ ਜਾ ਰਿਹਾ ਕਿ ਉਹਦੇ ਵਾਸਤੇ ਆਪਾਂ ਲੜਾਈ ਲੜੀਏ ਉਹ ਸਟਰਗਲ ਜਿਹੜੀ ਜਿਹੜੀ ਸਾਡੀ ਰੈਫਰੈਂਡਮ ਦੀ ਹੈਗੀ ਆ ਉਹਨੂੰ ਅਸੀਂ ਘਰ ਘਰ ਲੈ ਕੇ ਜਾਈਏ ਕੰਟਰੀ ਕੰਟਰੀ ਚ ਲੈ ਕੇ ਜਾਈਏ ਲੀਗਲ ਤੌਰ ਤੇ ਆਪਾਂ ਸਾਰਿਆਂ ਨੂੰ ਦੱਸੀਏ ਕਿ ਸਾਡੇ ਨਾਲ ਹਿੰਦੁਸਤਾਨ ਸਾਡੇ ਨਾਲ ਕੀ ਕਰਦਾ ਆ ਔਰ ਸਾਨੂੰ ਸਾਡਾ ਦੇਸ਼ ਸਾਡੀ ਆਜ਼ਾਦੀ ਸਾਡੀ ਸੋਵਰਨਿਟੀ ਕਿਉਂ ਚਾਹੀਦੀ ਆ ਇਹ ਰੀਜ਼ਨ ਕਿਉਂਕਿ ਹਰੇਕ ਜਿਹੜੀ ਕੋਈ ਵੀ ਕੌਮ ਆ ਉਹਦੇ ਕੋਲ ਆਪਣਾ ਘਰ ਆ ਸਿੱਖਾਂ ਕੋਲ ਆਪਣਾ ਘਰ ਕਿਉਂ ਨੀ ਹੈਗਾ ਜੀ ਅਸੀਂ ਆਪਣਾ ਘਰ ਲੈਣ ਦੇ ਲਈ ਹਰੇਕ ਦੇਸ਼ ਨੂੰ ਦੱਸੀਏ ਹਰੇਕ ਦੇਸ਼ ਦੇ ਵਿੱਚ ਜਿੱਦਾਂ ਸਿੱਖ ਫੋਰ ਜਸਟਿਸ ਦੇ ਟੀਮਸ ਬਣਾਈਆਂ ਹੋਈਆਂ ਆਪਣੀਆਂ ਟੀਮਾਂ ਸਾਰੇ ਦੇਸ਼ਾਂ ਚ ਬਣਾਈਏ ਤੇ ਇਸ ਲੜਾਈ ਨੂੰ ਏਦਾਂ ਦਾ ਰੂਪ ਦਈਏ ਕਿ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਆ ਉਹਦੇ ਪੈਰਾਂ ਨੀਚੋਂ ਜ਼ਮੀਨ ਖਿਸਕ ਜਾਵੇ ਇਹ ਬਹੁਤ ਜ਼ਰੂਰੀ ਆ ਇਹ ਹੋਣਾ ਉਦੋਂ ਹੀ ਆ ਜਦੋਂ ਸਾਰੀਆਂ ਸਿੱਖ ਸੰਗਤਾਂ ਇੱਕ ਪਲੇਟਫਾਰਮ ਤੇ ਹੋ ਕੇ ਇਹ ਲੜਾਈ ਲੜਨ ਔਰ ਇਹਨੂੰ ਆਪਾਂ ਜਿੱਤਾਂਗੇ ਤੁਸੀਂ ਆਪਣੇ ਛੋਟੇ ਵੀਰ ਦੀ ਪਰਮਜੀਤ ਸਿੰਘ ਪੰਮੇ ਦੀ ਤੁਸੀਂ ਲੜਾਈ ਕਿਸੇ ਨੇ ਨੀ ਲੜੀ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਨੇ ਲੜੀ ਆ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਇੱਕ ਘਰ ਇੱਕ ਪਲੇਟਫਾਰਮ ਉੱਤੇ ਆ ਕੇ ਆਜ਼ਾਦੀ ਦੀ ਲੜਾਈ ਲੜੂਗਾ ਬਿਨਾਂ ਕਿਸੇ ਭੇਦਭਾਵ ਤੋਂ ਬਿਨਾਂ ਕਿਸੇ ਜਥੇਬੰਦੀ ਦੇ ਵਿਰੋਧਤਾ ਕਰੇ ਇੱਕ ਪਲੇਟਫਾਰਮ ਤੇ ਆ ਕੇ ਲੜਾਈ ਲੜੀ ਸਿੱਖ ਕੌਮ ਜ਼ਰੂਰ ਜਿੱਤੂਗੀ ਤੁਸੀਂ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਪਲੇਟਫਾਰਮ ਤੇ ਆ ਕੇ ਆਪਾਂ ਇੱਕ ਨਿਸ਼ਾਨੇ ਨਾਲ ਵਧੀਏ ਤੇ ਆਪਣੀ ਜਿਹੜੀ ਲੜਾਈ ਆ ਆਪਾਂ ਲੜੀਏ ਤੇ ਆਪਾਂ ਆਪਣੀ ਮੰਜ਼ਿਲ ਨੂੰ ਸਰ ਕਰੀਏ ਜੀ ਭਾਈ ਸਾਹਿਬ ਇਸੇ ਦੇ ਨਾਲ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਐਂਡ ਵੀ ਹੋਪ ਫੋਰ ਦਾ ਬੈਸਟ ਫੋਰ ਯੂ ਫੋਰ ਯੋਰ ਫਿਊਚਰ ਐਂਡ ਭਾਈ ਸਾਹਿਬ ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਦਰਸ਼ਕੋ ਇਹ ਸੀਗੇ ਭਾਈ ਪਰਮਜੀਤ ਸਿੰਘ ਜੀ ਪੰਮਾ ਯੂਕੇ ਤੋਂ ਜਿਨ੍ਹਾਂ ਨੂੰ ਇੰਡੀਆ ਵੱਲੋਂ ਮਤਲਬ ਤੁਸੀਂ ਸਾਰਾ ਉਹਨਾਂ ਦੇ ਮੂੰਹੋਂ ਉਹਨਾਂ ਦੀ ਜ਼ੁਬਾਨੀ ਸੁਣਿਆ ਕਿ ਕਿਵੇਂ ਉਹਨਾਂ ਨੂੰ ਪਹਿਲਾਂ ਪੋਰਚੁਗਲ ਦੇ ਵਿੱਚ ਅਰੈਸਟ ਕੀਤਾ ਗਿਆ ਅਤੇ ਫਿਰ ਸਾਰੇ
सिख कौम दे उन्हां दे पिछे खड़न तो बाद उन्हां दा केस असीं सिख्स फॉर जस्टिस दी लीगल टीम दे उन्हां दी लीगल टीम ने जित्तिया ते इसे दे नाल असीं कौम दा भी धन्नवाद करदे हां जिन्हां ने सिख नेशन दा धन्नवाद करदे हां जिन्हां ने भाई परमजीत सिंह पम्मा दी हमायत कीती ते पैर पैर ते उन्हां दा साथ दित्ता। इस दे नाल असीं तुहाडे अगे गुजारिश भी करदे हां कि आउण वाले समें दे विच इदां दे होर केसेस ਜਿਹੜੇ ਹੁੰਦੇ ਨੇ ਜਾਂ ਸਿੱਖ ਕੌਮ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਲੈ ਕੇ ਨਵੇਂ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ ਜੀ। ਇਸੇ ਦੇ ਨਾਲ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।